ਮਾਤਾ ਕੀ ਹੈ ਜਗਤ ਮਾਤਾ ਕੀ ਉਹਨਾਂ ਦੇ ਪਿਆਰ ਵਿੱਚ ਇਹ ਜੋੜ ਮੇਲਾ ਜਿਹੜਾ ਨਾ ਇਹ ਕੋਈ ਵਰਸੀ ਜਾਂ ਕੁਝ ਇਹ ਜਿਹੜਾ ਲਫਜ਼ ਹੁੰਦਾ ਨਾ ਉਹ ਨਹੀਂ ਮਨਾਇਆ ਜਾਂਦਾ ਜੋੜ ਮੇਲਾ ਕਿ ਉਹ ਸਾਨੂੰ ਜੋੜ ਕੇ ਗਏ ਤੇ ਅਸੀਂ ਸਾਰੇ ਜੁੜੇ ਰਹੇਗੇ ਮਹਾਤਮਾ ਜੀ ਸਾਢੇ ਵਾਸਤੇ ਉਪਰ ਆਲਾ ਕਰਕੇ ਗਏ ਸਵੇਰੇ ਇੱਕ ਬਹੁਤ ਅੱਛਾ ਮੈਸੇਜ ਆਇਆ ਉਹਦੇ ਚੋਂ ਇੱਕ ਗੱਲ ਬੜੀ ਸਾਂਝੀ ਅੱਛੀ ਲੱਗੀ ਜਿਹੜੀ ਮੈਂ ਆਪਦੀ ਨਾਲ ਸਾਂਝੀ ਕਰ ਰਿਹਾ ਕਰਨ ਉਹਦੇ ਚ ਇੱਕ ਲਫ਼ਜ਼ ਨੇ ਇਸਤੇਮਾਲ ਕੀਤਾ ਕਿ ਇਨਸਾਨ ਜਦੋਂ ਦੁਨੀਆ ਤੇ ਆਂਦਾ ਹੈ ਤੇ ਉਸ ਤੋਂ ਬਾਅਦ ਦੁਨੀਆ ਤੋਂ ਆਣ ਤੋਂ ਬਾਅਦ ਰਿਸ਼ਤੇ ਬਣਦੇ ਨੇ ਦੁਨੀਆ ਤੋਂ ਆਣ ਤੋਂ ਬਾਅਦ ਰਿਸ਼ਤੇ ਬਣਦੇ ਨੇ ਇਹ ਭੈਣੇ ਭਰਾ ਵੇ ਮੇਲ ਫੀਮੇਲ ਦੀ ਗੱਲ ਨਹੀਂ ਕਰ ਰਿਹਾ ਕੁਝ ਵੀ ਮਤਲਬ ਕਿ ਜਿਹੜਾ ਜੀ ਆਣਾ ਹਾਣਾ ਤੇ ਚਾਚੇ ਤਾਊ ਜੋ ਨਾਲ ਜੁੜਦੇ ਨਾ ਉਹ ਆਣ ਤੋਂ ਕਹਿੰਦੇ ਨੇ ਇੱਕ ਸਿਰਫ ਮਾਂ ਹੁੰਦੀ ਹੈ ਜੋ ਉਹਨੇ ਕਿਹਾ ਜਿਸ ਗੱਲ ਨੂੰ ਸਮਝਣਾ ਜਿਸ ਦਿਨ ਉਹਦੇ શરીਰੀ ਵਿੱਚ ਪਰਵੇਸ਼ ਕਰਦਾ ਉਹਨੂੰ ਪਤਾ ਹੈ ਮੇਰੇ ਅੰਦਰ ਮੇਰੇ શરીਰੀ ਵਿੱਚ ਮੇਰਾ ਅੰਗ ਆ ਗਿਆ ਇਹਨੇ ਜਨਮ ਲੈਣਾ ਸਭ ਤੋਂ ਪਹਿਲੇ ਮਾਂ ਜਿਹੜੀ ਹੈ ਨਾ ਰਿਸ਼ਤਾ ਉਹਦਾ ਮਾਂ ਨਾਲ ਬਣ ਜਾਂਦਾ ਅੰਦਾ ਜਿਹਦਾ ਸੰਸਾਰ ਨੂੰ ਵੀ ਨਹੀਂ ਪਤਾ ਹੁੰਦਾ ਕਿ ਕੀ ਹੈ ਕਹਿੰਦੇ ਸਭ ਤੋਂ ਵੱਡਾ ਤੇ ਦੇਖੋ ਬਹੁਤ ਸੋਹਣੇ ਸੋਹਣੇ ਮੈਸੇਜ ਆਉਂਦੇ ਨੇ ਚੀਜ਼ਾਂ ਸੰਭਾਲ ਲੀਆਂ ਪੈਂਦੀਆਂ ਨੇ ਕਹਿੰਦੇ ਇੱਕ ਮਾਂ ਹੁੰਦੀ ਹੈ ਜਿਹੜੇ 9 ਮਹੀਨੇ ਸੰਭਾਲਦੀ ਆ ਉਹਦੇ ਇਹਦੇ ਬਹੁਤ ਵੀ ਕੁਝ ਕਿ ਕਰਵਟ ਵੀ ਨਹੀਂ ਬਦਲ ਪਾਂਦੀ ਸਭ ਕੁਝ ਸੰਭਾਲਦੀ ਹੈ ਇੱਕ ਮਾਂ ਨਾਲ ਸੱਚਾ ਰਿਸ਼ਤਾ ਜਿਹੜਾ ਹੁੰਦਾ ਨਾ ਉਹ 9 ਮਹੀਨੇ ਪਹਿਲੇ ਬਣ ਜਾਂਦਾ ਉਹ ਜਿਸ ਨਾਲ ਬਣਦਾ ਉਹਦਾ ਨਾਮ ਆ ਮਾਂ ਹੈ ਸੰਸਾਰ ਦੁਨੀਆ 9 ਮਹੀਨੇ ਬਾਅਦ ਮਾਂ ਉਸੇ ਦਿਨ ਗੱਲ ਨੂੰ ਕਿੰਨੀ ਗਹਿਰਾਈ ਨਾਲ ਸਮਝੋ ਉਸ ਮਾ ਨੇ ਸਾਨੂੰ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਸਾਨੂੰ ਸਾਂਭਿਆ ਨਾ ਉਸੇ ਤਰ੍ਹਾਂ ਸਾਰੀ ਸੰਗਤ ਨੂੰ ਸਾਂਭਿਆ ਬਲਕਿ ਵੇਖਿਆ ਕਿ ਉਸ ਤੋਂ ਜ਼ਿਆਦਾ ਪਿਆਰ ਕੀਤਾ ਤੇ ਫਿਰ ਕਵੀ ਨੇ ਜਿਹੜਾ ਅਸੀਂ ਰੋਜ਼ ਘਰ ਆਨੇ ਹਰਬੰਸ ਸਿੰਘ ਜੀ ਸਾਡੇ ਰਾਗੀ ਜਿਨ੍ਹਾਂ ਨੇ ਇਹ ਪੰਕਤੀਆਂ ਲਿਖੀਆਂ ਸਨ ਉਹਨਾਂ ਨੇ ਪੰਕਤੀਆਂ ਹੋਰ ਵੀ ਬਣਾਈਆਂ ਸਨ ਉਹ ਜਦੋਂ ਸਟੇਜ ਤੇ ਬਹਿ ਕੇ ਉਹਨਾਂ ਵਰਣਨ ਕੀਤਾ ਨਾ ਤੇ ਉਹਨਾਂ ਨੇ ਕਿਹਾ ਕਿ ਮਾਤਾ ਜੀ ਨੇ ਇੱਕ ਮਾਲਾ ਪਰੋਈ ਹੈ ਕਿ ਮੇਰਾ ਇੱਕ ਵੀ ਦਾਣਾ ਵਖਰਾ ਨਾ ਹੋ ਜਾਵੇ ਇੱਕ ਇੱਕ ਮੋਤੀ ਵਰਗਾ ਦਾਣਾ ਉਹਨੀ ਪਰਉਂਦੇ ਰਹੇ ਨੇ ਉਹਨੂੰ ਇੱਕ ਉਸ ਨੂੰ ਮਾਲਾ ਦਾ ਰੂਪ ਦੇ ਦਿੱਤਾ ਤੇ ਇਹ ਉਹਨਾਂ ਤੇ ਹੁੰਦਿਆਂ ਵੀ ਪੜੀ ਸੀ ਲੇਕਿਨ ਮਾਤਾ ਜੀ ਨੇ ਕਿਹਾ ਨਹੀਂ ਇਹ ਗੱਲ ਚੰਗੀ ਨਹੀਂ ਤੇ ਫਿਰ ਮਾਤਾ ਜੀ ਦੇ ਹੁੰਦਿਆ ਤਾਂ ਨਹੀਂ ਪੜੀ ਜਾਂਦੀ ਸੀ ਲੇਕਿਨ ਬਾਦ ਵਿੱਚ ਫਿਰ ਹੈ ਕਿ ਜਿਹੜੀ ਅਸੀਂ ਨਿਰੰਤਰ ਰੋਜ਼ ਹੀ ਪੜਨੇ ਆ ਗੁਰੂ ਦੇਸ਼ ਦਾ ਪਾਠ ਹੁੰਦਾ ਹੈ ਤੇ ਸਾਹਿਬ ਸੰਤ ਮਾਤਾ ਜੀ ਨੇ ਕੀਤਾ ਹੈ ਕਮਾਲ ਸਾਰਿਆਂ ਨੂੰ ਇਕੱਠਾ ਕਰਕੇ ਰੱਖਿਆ ਹੈ ਸਮਾਲ ਨਾਮ ਜਪਦੇ ਨਾਮ ਜਪਾਂਦੇ ਇਹੀ ਇਨਹਦਾ ਕਾਰੋਬਾਰ ਤਾਂ ਤਾਂ ਨਿਸ਼ੀ ਉਹ ਨਾਨਕ ਜਾਵਾ ਚਰਨਾ ਤੋਂ ਭਲੇ ਹਾਰ ਤਾਂ ਤਾਂ ਸਾਹਿਬ ਸੰਤ ਮਾਤਾ ਜੀ ਦੇ ਜਾਵਾ ਚਰਨਾ ਤੋਂ ਭਲੇ ਉਹਨਾਂ ਨੇ ਇਹ ਲਫ਼ਜ਼ ਆਪਣੇ ਕੋਲ ਉਹਨਾਂ ਦਾ ਮਨ ਕੀਤਾ ਕਿਉਂਕਿ ਜੋ ਉਹਨਾਂ ਨੇ ਵੇਖਿਆ ਜੋ ਮਹਿਸੂਸ ਕੀਤਾ ਇਹ ਕਿਸੇ ਦੇ ਬਾਰੇ ਜੰਦ ਨੇ ਨਾ ਕੋਈ ਲਿਖਣਾ ਹੋਵੇ ਤੇ ਐਵੇਂ ਨਹੀਂ ਲਿਖਿਆ ਜਾਂਦਾ ਇਹ ਅੰਦਰੋਂ ਤੁਸੀਂ ਮਹਿਸੂਸ ਕਰਦੇ ਹੋ ਕੋਈ ਕਵਿਤਾ ਬਣਾਉਂਦਾ ਹੈ ਕੁਝ ਕਰਦਾ ਹੈ ਜੋ ਇੱਥੇ ਉਹ ਵੇਖਦਾ ਹੈ ਜੋ ਸੁਣਦਾ ਹੈ ਉਹਦਾ ਹੀ ਵਖਿਆਨ ਕਰਦਾ ਹੈ ਤੇ ਜੋ ਉਹਨਾਂ ਨੇ ਸੰਗਤ ਚਾਹ ਕੇ ਮਹਿਸੂਸ ਕੀਤਾ ਮਾਤਾ ਜੀ ਦੇ ਬਾਰੇ ਉਹਨਾਂ ਨੇ ਉਹ ਇੱਕ ਇੱਕ ਅਖਰ ਉਸ ਮੁਤਾਬਕ ਔਰ ਦੇਖੋ ਅੱਜ ਅਸੀਂ ਸਾਰੇ ਉਹਨਾਂ ਅਖਰਾਂ ਤੇ ਸਾਰੀ ਸੰਗਤ ਪੈਰਾ ਦਿੰਦੀ ਹੈ ਉਹਨਾਂ ਅਖਰਾਂ ਨੂੰ ਅਸੀਂ ਸਾਰੇ ਨਿਰੰਤਰ ਰੋਜ਼ ਯਾਦ ਕਰਨੇ ਆ ਦਿਨੇ ਕਿੰਨੀ ਵਾਰੀ ਇਸ ਇਸ ਲਾਈਨ ਪੰਕਤੀਆਂ ਨੂੰ ਦੁਹਰਾਣੇ ਆ ਆਪ ਜੀ ਵੇਖਿਆ ਤੇ ਮਾਤਾ ਜੀ ਦਾ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਦਾ ਇਹ ਦਿਨ ਮਨਾਣਾ ਭਾਈ ਸਾਹਬ ਨੇ ਇੱਕ ਗੱਲ ਕਹੀ ਭਾਈ ਜੋਗਾ ਦੀ ਸਖੀ ਸੁਣਾਈ ਸੰਖੇਪ ਵਿੱਚ ਕਿ ਇੱਕੋ ਗੱਲ ਕਹੇਗੀ ਤੂੰ ਮੇਰੇ ਜੋਗਾ ਤੇ ਮੈਂ ਤੇਰੇ ਜੋਗਾ ਤੇ ਮਾਤਾ ਜੀ ਨੇ ਵੀ ਇਸੇ ਤਰ੍ਹਾਂ ਹੀ ਪਿਆਰ ਕੀਤਾ ਸਾਰਿਆਂ ਨਾਲ ਨਾ ਉਹਨਾਂ ਕੋਲ ਕਿਸੇ ਵਾਸਤੇ ਨਹੀਂ ਸੀ ਭਾਵੇਂ ਛੋਟਾ ਬੱਚਾ ਆ ਜਾਵੇ ਭਾਵੇਂ ਵੱਡਾ ਤੇ ਛੋਟੇ ਬੱਚਿਆਂ ਦਾ ਤੇ ਪਿਆਰ ਜਿਹੜੇ ਗੋਦ ਦੇ ਬੱਚੇ ਸਨ ਆਪਣੇ ਘਰੋਂ ਮਾਤਾ ਨੂੰ ਕਹਿੰਦੇ ਸਨ ਸਾਨੂੰ ਤਾਰਿਆ ਜੀ ਕੋਲ ਲੈ ਕੇ ਜਾਓ ਕਿਉਂਕਿ ਉਹ ਤਾਰਿਆ ਜਾਨ ਦਾ ਪਾਠ ਕਰਾਉਂਦੇ ਸਨ ਔਰ ਬੱਚਿਆਂ ਨੂੰ ਉਸ ਗੱਲ ਦੀ ਖੁਸ਼ੀ ਹੁੰਦੀ ਸੀ ਤੇ ਨਾ ਰੱਖ ਦਿੱਤਾ ਉਹਨਾਂ ਨੇ ਤਾਰਿਆ ਜੀ ਤੇ ਇਹ ਚੀਜ਼ਾਂ ਅਸੀਂ ਸਮਝੀਏ ਕਿ ਬੱਚੇ ਸਾਡੇ ਸਮਝ ਗਏ ਸਾਨੂੰ ਸਮਝ ਨਹੀਂ ਆਈਆਂ ਕਿਉਂਕਿ ਬੱਚਿਆਂ ਵਿੱਚ ਜਿਹੜੀ ਮਤ ਹੁੰਦੀ ਹੈ ਨਾ ਕੱਚੀ ਬੁੱਧ ਹੁੰਦੀ ਹੈ ਉਹਨਾਂ ਦੇ ਦਿਮਾਗੇ 'ਚ ਅੱਛੀਆਂ ਗੱਲਾਂ ਪਾਈਆਂ ਗਈਆਂ ਉਹਨਾਂ ਨੇ ਅੱਛਾ ਸੰਭਾਲ ਲੇਤੀਆਂ ਸਾਡੇ ਅੰਦਰ ਪਹਿਲੇ ਇਤਨੀ ਪੋਸ ਭਰੀ ਹੋਈ ਸੀ ਤੇ ਹੋਰ ਜਗ੍ਹਾ ਹੀ ਨਹੀਂ ਰਹੀ ਤੇ ਇਸ ਕਰਕੇ ਅੱਛੀਆਂ ਜਗ੍ਹਾ ਜੜੀਆਂ ਚੀਜ਼ਾਂ ਸਨ ਸਾਨੂੰ ਸਮਝ ਨਹੀਂ ਆ ਰਹੀਆਂ ਉਹ ਨਾ ਸਮਝੀ ਦੇ ਕਾਰਨ ਹੀ ਅਸੀਂ ਦੁੱਖ ਪਾ ਰਹੇ ਹਾਂ ਅਜੇ ਕਰ ਅਸੀਂ ਦੁਖੀ ਆ ਉਹਨਾਂ ਦੇ ਨਾ ਸਮਝੀਆਂ ਕਰਕੇ ਅਗਰ ਸਮਝਦਾਰੀ ਸਾਡੇ ਅੰਦਰ ਆ ਜਾਂਦੀ ਅਸੀਂ ਹਰ ਗੱਲ ਨੂੰ ਉਹਨਾਂ ਦੀ ਸਮਝ ਲੈਂਦੇ ਇਹ ਗੁਰਪੁਰਬ ਮਨਾਣੇ ਸਾਡੇ ਇਸੇ ਕਰਕੇ ਵਨ ਬਾਰ ਬਾਰ ਚੀਜ਼ਾਂ ਦੁਹਾਈਆਂ ਜਾਂਦੀਆਂ ਬਾਰ ਬਾਰ ਦੁਹਾਈਆਂ ਜਾਂਦੀਆਂ ਕਈ ਕਹਿੰਦੇ ਨੇ ਜੀ ਇਹ ਬਾਰ ਬਾਰ ਦੁਹਾਈਆਂ ਜਾਂਦੀਆਂ ਲੇਕਿਨ ਮੈਂ ਉਹਨਾਂ ਸਾਰਿਆਂ ਕੋਲੋਂ ਆਪਣੇ ਮਨ ਨਾਲ ਸਾਰੇ ਅੱਜ ਪੁੱਛੋ ਕਿ ਦੌਰਾਨ ਦਾ ਸਾਨੂੰ ਕੋਈ ਫਾਇਦਾ ਹੋਇਆ ਦੁਹਰਾਈਆਂ ਗਈਆਂ ਤੁਹਾਨੂੰ ਸਾਲ ਬਾਅਦ ਹੀ ਯਾਦ ਆਈਆਂ ਜਦੋਂ ਦੁਬਾਰਾ ਜਦੋਂ ਸੁਣੀਆਂ ਕਦੇ ਉਹਨਾਂ ਚੀਜ਼ਾਂ ਨੂੰ ਅਗਰ ਤੁਸੀਂ ਕਰ ਜਾ ਕੇ ਦੁਹਰਾ ਲੇਤਾ ਹੁੰਦਾ ਤੇ ਤੁਸੀਂ ਖੁਦ ਕਹਿੰਦੇ ਕਿ ਇਹ ਰੋਜ਼ ਕਿਉਂ ਨਹੀਂ ਕਹੀਆਂ ਜਾਂਦੀਆਂ ਇਹ ਸਾਲ ਬਾਅਦ ਹੀ ਕਿਉਂ ਸੁਣਨ ਨੂੰ ਮਿਲਦਾ ਕਿਉਂਕਿ ਅਸੀਂ ਸਵਾਦ ਨਹੀਂ ਪਾਇਆ ਜਿਸ ਜੀਦਾ ਸੀ ਸਵਾਦ ਪਾਇਆ ਸਵੇਰੇ ਵੀ ਖਾਣਿਆ ਦੁਪਹਿਰ ਵੀ ਖਾਣਿਆ ਸ਼ਾਮੀ ਵੀ ਖਾਣਿਆ ਫਿਰ ਕੋਈ ਹੋਰ ਇੱਕ ਵਾਰ ਫालतੂ ਮਿਲ ਜਾਇਆ ਤਾਂ ਵੀ ਮਨਾ ਨਹੀਂ ਕਰਦੇ ਕਿਉਂਕਿ ਸਵਾਦ ਹੈ ਜੀਭਾ ਦਾ ਸਵਾਦ ਹੈ ਨਾ ਤੇ ਇਹ ਵੀ ਉਸੇ ਪ੍ਰਕਾਰ ਸਵਾਦ ਹੈ ਅਗਰ ਸਾਨੂੰ ਰਸ ਲੱਗ ਜਾਏਗਾ ਇਹਦਾ ਤੇ ਫਿਰ ਸਭ ਕੁਝ ਪਿੱਛੇ ਹੋ ਜਾਏਗਾ ਫਿਰ ਸਭ ਤੋਂ ਅੱਗੇ ਇਹ ਹੀ ਚੱਲਣਾ ਹੈ ਅਸੀਂ ਚਖੀਏ ਇੱਥੇ ਸਵਾਦ ਲੈਣ ਆਏ ਹਾਂ ਇਧਰੋਂ ਅਸੀਂ ਵਚਨ ਜਿਹੜੇ ਸਾਨੂੰ ਭਾਵੇਂ ਭੈਣ ਗੁਰਮੀਤ ਕੌਰ ਜੀ ਨੇ ਦੱਸੇ ਮਾਤਾ ਜੀ ਦੇ ਬਤਰਾ ਜੀ ਨੇ ਸਾਖੀਆਂ ਰਾਏ ਦੱਸੇ ਗਜਿੰਦਰ ਕੁਮਾਰ ਜੀ ਨੇ ਰਾਜੂ ਜੀ ਨੇ ਦੱਸੇ ਇਹ ਵਚਨ ਸਾਂਝੇ ਤੇ ਜ਼ਰੂਰ ਹੋਏ ਲੇਕਿਨ ਅਸੀਂ ਉਹਨਾਂ ਨੂੰ ਨਾਲ ਲੈ ਕੇ ਜਾਣਾ ਨਾਲ ਲੈ ਕੇ ਜਾਣਾ ਤੇ ਫਿਰ ਉਹਨਾਂ ਤੇ ਵਿਚਾਰ ਕਰਨਾ ਹੈ ਹੁਣ ਇਹ ਤੇ ਨਹੀਂ ਗੱਲ ਹੁੰਦੀ ਕਿ ਆਦਮੀ ਕਵੇ ਮੈਂ ਆਇਆ ਮੇਰਾ ਕੰਮ ਬਣ ਗਿਆ ਮੇਰਾ ਕੰਮ ਬਣ ਗਿਆ ਗੱਲ ਨੂੰ ਗੌਰ ਨਾਲ ਸਮਝਣਾ ਧਿਆਨ ਨਾਲ ਸੁਣਨਾ ਜੋ ਕਹਿਣ ਲੱਗੇ ਇਹ ਨਾ ਕਹਿਣਾ ਕਿ ਮੇਰਾ ਕੰਮ ਬਣ ਗਿਆ ਕੰਮ ਤੇ ਤੁਹਾਡਾ ਤੁਸੀਂ ਆਇਓ ਬਣ ਗਿਆ ਤੇ ਕੀ ਜ਼ਿੰਦਗੀ ਵਿੱਚ ਇਹ ਜਿਹੜਾ ਹੈਗਾ ਤੁਹਾਡੀ ਜ਼ਿੰਦਗੀ ਦਾ ਆਖਰੀ ਕੰਮ ਸੀ ਜਿਹੜੀ ਤੁਹਾਨੂੰ ਅੱਗੋ ਜ਼ਿੰਦਗੀ ਚ ਲੋੜ ਨਹੀਂ ਪੈਣੀ ਤੇ ਤੁਸੀਂ ਆਣਾ ਬੰਦ ਕਰ ਦਿੱਤਾ ਖਾਤਾ ਕਲੋਜ਼ ਹੋ ਗਿਆ ਤੁਹਾਡਾ ਫਿਰ ਤੇ ਫਿਰ ਅਗਰ ਤੁਸੀਂ ਗਰਦੀ ਬਣ ਕੇ ਆਏ ਤਾਂ ਕਿਸੇ ਤੁਹਾਡੀ ਪਰਵਾਹ ਵੀ ਨਹੀਂ ਰੱਖਣੀ ਕਿਉਂਕਿ ਮਾਤਾ ਜੀ ਨੇ ਤੇ ਕੋਈ ਗੱਲ ਕਹੀ ਸੀ ਮੇਰੀ ਤੇ ਸਾਂਝੋ ਦੇ ਨਾਲੇ ਜਿਹੜਾ ਆਂਦਾ ਉਹਨਾਂ ਨੇ ਤੇ ਆਪਣੇ ਸਕੇ ਭੈਣ ਭਰਾ ਰਿਸ਼ਤੇਦਾਰ ਵੀ ਦੂਰ ਕਰ ਦਿੱਤੇ ਸੀ ਕਹਿੰਦੇ ਮੇਰੀਆਂ ਨਾਲ ਨਾਲ ਸਾਂਝ ਨਹੀਂ ਹੈ ਕਹਿੰਦੇ ਮੇਰੀਆਂ ਨਾਲ ਕੋਈ ਸਾਂਝ ਨਹੀਂ ਕੰਨ ਮੇਰਾ ਸਕਾਤੇ ਉਹ ਹੀ ਹੈ ਜਿਹੜੇ ਤੁਸੀਂ ਇੱਥੇ ਬੈਠੇ ਹੋ ਨਾ ਇਹਨਾਂ ਨੂੰ ਉਹ ਕਹਿੰਦੇ ਸਨ ਇਹ ਮੇਰੇ ਅਨਸਾਰੇ ਇਹਨਾਂ ਮੇਰੇ ਸਾਰੇ ਜਿੰਨ ਬਤਾਰੀ ਨੇ ਹੁਣੀ ਕਿਹਾ ਨਾ ਕੀ ਕੰਮ ਤੇ ਬਣ ਗਿਆ ਲੇਕਿਨ ਉਹਨਾਂ ਨੂੰ ਪੁੱਛੋ ਕਦੇ ਉਸ ਤੋਂ ਬਾਤ ਕਿਸੇ ਦਾ ਦਰਸ਼ਨ ਹੋਏ ਨਾ ਅਜ ਤੱਕ ਹੁੰਦੇ ਨਾ ਕਿਉਂਕਿ ਉਹਨੇ ਆਪਣੀ ਜਗ੍ਹਾ ਤੇ ਖੁਸ਼ ਹੋਣਾ ਨਹੀਂ ਸੀ ਆਪਣੀ ਜਗ੍ਹਾ ਤੇ ਰਾਜ਼ੀਆਂ ਸੀ ਤੇ ਖੁਸ਼ ਆਹ ਮਾਨੇਜ ਖਵਗੀਆਂ ਹੁੰਦੀਆਂ ਨੇ ਕਈ ਆਉਂਦੇ ਨਰਾਜ਼ਗੀਆਂ ਕਰਦੇ ਵੜਦੇ ਸਾਂ ਸਾਡੇ ਕੋਲ ਵੀ ਕਿਉਂ ਜਾ ਆ ਗਿਆ ਬੰਦਾ ਅਜ ਸਾਂਝੀ ਕਰਨੇ ਲੱਗਾ ਗੱਲ ਕਿਉਂਕਿ ਤੂੰ ਪਤਾ ਚੱਲੇ ਨਰਾਜ਼ਗੀ ਦਿਖਾਈ ਉਹਨੇ ਸੰਗਤ 10 ਬਹੀ ਸਰੀਰ ਬੈਠੇ ਸਨ ਨਰਾਜ਼ਗੀ ਦਿਖਾਈ ਉਹਨੇ ਪਾਲਤੂ ਬੋਲ ਬੈਠਾ ਕਹਿਣ ਲਗਾ ਅੱਜ ਤੋਂ ਬਾਅਦ ਮੈਂ ਨਹੀਂ ਆਵਾਂਗਾ ਮੈਂ ਕਿਹਾ ਬੈਠ ਤੇ ਹੱਥ ਖੜਾ ਹੋ ਜਾ ਨਾਹੀਂ ਮੈਂ ਕਿਹਾ ਸਾਹਮਣੇ ਸਾਹਿਬ ਮਹਾਰਾਜ ਉਹਨਾਂ ਦਾ ਸਰੂਪ ਲਗਿਆ ਅਜ ਸੋ ਖਾ ਕੇ ਜਾ ਇੱਥੇ ਕਿ ਅੱਜ ਤੋਂ ਬਾਅਦ ਮੈਂ ਨਹੀਂ ਆਵਾਂਗਾ ਕਹਿਣ ਲਗਾ ਕਿਉਂ ਮੈਂ ਕਿਹਾ ਤੇਰੇ ਤੋਂ ਜ਼ਿਆਦਾ ਸੁਗਲੇ ਅਸੀਂ ਹੋਗੇ ਕਹਿੰਦਾ ਤੁਹਾਨੂੰ ਕੀ ਇਸ ਗੱਲ ਹੋ ਗਿਆ ਮੈਂ ਕਿ ਸਾਡਾ ਮਰਨਾ ਜੀਣਾ ਦੁੱਖ ਸੁੱਖ ਤੇ ਨਾਲ ਥਾਰਾ ਖਤਮ ਹੋ ਗਿਆ ਸਾਡਾ ਵੀ ਖਤਮ ਹੋ ਗਿਆ ਤੇ ਜਿਹੜੀ ਸੰਗਤ ਹੈ ਉਹਦਾ ਵੀ ਮੁੱਕ ਗਿਆ ਜਦ ਥਾੜੇ ਨਾਲ ਤੇਰਾ ਰਿਸ਼ਤਾ ਮੁੱਕ ਗਿਆ ਤੇ ਸੰਗਤ ਦਾ ਤੇਰੇ ਨਾਲ ਕੀ ਰਿਹਾ ਭਈ ਸੰਗਤ ਪਰਿਵਾਰ ਤੇ ਸਾਡਾ ਹੈ ਹੀ ਹੈ ਨਾ ਫੇ ਚੁੱਪ ਕਰਕੇ ਚਲਾ ਤੇ ਗਿਆ ਬੋਲਿਆ ਤੇ ਨਹੀਂ ਕੁਝ ਦਿਨ ਬਾਅਦ ਆ ਕੇ ਕਹਿੰਦਾ ਜੀ ਗਲਤੀ ਹੋ ਗਈ ਮੈਂ ਪਤਾ ਨਹੀਂ ਮਾਨੇ ਚ ਮੇਰੇ ਕੀ ਗੱਲ ਆਈ ਸੀ ਤੇ ਇਹਨਾਂ ਚੀਜ਼ਾਂ ਦਾ ਜਿਹੜਾ ਪ੍ਰਭਾਵ ਹੁੰਦਾ ਹੈ ਪਤਾ ਨਹੀਂ ਕੋਣ ਕਿੱਥੇ ਕਿਹੜੀ ਸੰਗਤ ਕਿੱਥੇ ਕਿੰਨਸਾਨ ਨੂੰ ਮਿਲਦੀ ਏ ਕਿਹੜੀ ਭੈੜੀ ਗੱਲ ਕਿੱਥੇ ਬਹਿ ਕੇ ਕੀ ਸਿੱਖਦਾ ਉਹਦੇ 'ਚ ਭਲਾ ਜਿਹੜਾ ਹੈ ਨਾ ਨਹੀਂ ਹੁੰਦਾ ਉਹਦੇ 'ਚ ਨੁਕਸਾਨ ਹੀ ਹੁੰਦਾ ਹੈ ਔਰ ਨੁਕਸਾਨ ਆਪਣਾ ਹੀ ਇਨਸਾਨ ਕਰਦਾ ਹੈ ਕਿਸੇ ਹੋਰ ਦਾ ਨਹੀਂ ਹੁੰਦਾ ਇਸ ਗੱਲ ਨੂੰ ਧਿਆਨ ਕਰ ਲੈਣਾ ਤੇ ਇਹ ਚੀਜ਼ਾਂ ਜਿਹੜੀਆਂ ਨੇ ਗੁਰੂ ਮਹਾਰਾਜ ਦੇ ਘਰ ਵਿੱਚ ਅਸੀਂ ਆਨੇ ਆ ਇतना ਵੱਡਾ ਸਾਡਾ ਪਰਿਵਾਰ ਹੈ ਅਗਰ ਕਿਸੇ ਤੇ ਕੋਈ ਦੁੱਖ ਆਂਦਾ ਹੈ ਤਕਲੀਫ ਆਂਦੀ ਹੈ ਤੇ ਹਰ ਜਗ੍ਹਾ ਤੇ ਹਰ ਕੋਨੇ ਤੇ ਅਸੀਂ ਗੁਰੂ ਮਹਾਰਾਜ ਦੀ ਸੰਗਤ ਵਸੀ ਹੋਈ ਹੈ શરીર ਵਸੇ ਨੇ ਇੱਕ ਦੂਜੇ ਤੇ ਕੰਮ ਆਣ ਵਾਸਤੇ ਆ ਅਸੀਂ ਹੁਣ ਅਗਰ ਆਪਸੇ ਜਿੱਤੇ ਇਕੱਠੇ ਰਹਿਨੇ ਆਪਸੇ ਗਿਲੇ ਸ਼ਿਕਵੇ ਇਨਸਾਨ ਦੇ ਰਹਿੰਦੇ ਨੇ ਆਪਸੇ ਜ ਕਰੋ ਲੇਕਿਨ ਇਸ ਤਰ੍ਹਾਂ ਨਾ ਵਧਾਓ ਕਿ ਉਹਦੇ 'ਚ ਤੁਹਾਡਾ ਨੁਕਸਾਨ ਆਪਣਾ ਹੋ ਜਾਏ ਕਿਉਂਕਿ ਮਾਤਾ ਜੀ ਤਾਂ ਇਤਨੀ ਸਮਾਲ ਕਰਦੇ ਸਨ ਮਾਤਾ ਜੀ ਦੇ ਬਚਨ ਆਪ ਜੀ ਨੂੰ ਸੋਣਾ ਨਾ ਨਾਲੇ ਇਸ ਗੱਲ ਦੇ ਨਾਲ ਹੀ ਮਿਲਦੇ ਕਿ ਕਦੇ ਆਪਸ ਵਿੱਚ ਗੁਰਪਾਈਆਂ ਦਾ ਕਦੇ ਕੁਝ ਗੱਲ ਹੋ ਜਾਵੇ ਨਾ ਤੇ ਆਗੇ ਕਈ ਵਾਰ ਭਾਬੇ ਡੇਰੇ ਜਾਂ ਕਿਥੇ ਫੰਕਸ਼ਨ ਹੋਵਨ ਤੇ ਇਥੇ ਆ ਕੇ ਉਲਟ ਜਾਂਦੇ ਸਨ ਆਪણા ਸਾਹਮਣਾ ਹੋ ਗਿਆ ਮਾਤਾ ਜੀ ਨੇ ਫਿਰ ਡਾਂਟ ਕੇ ਸਮਝਾਈ ਗੱਲ कि ਗੱਲ ਸੁਣ ਲਓ ਆਪਸੀ ਤੁਹਾਡਾ ਵਪਾਰ ਕਰੋ ਨਾ ਕਰੋ ਲੈਣ ਦੇਣ ਕਰੋ ਨਾ ਕਰੋ ਲੇਕਿਨ ਲੈਣਾ ਦੇਣਾ ਵੀ ਕੀਤਾ ਤੇ ਉਹ ਵੀ ਵਪਾਰ ਹੋਇਆ ਗੁਰੂ ਘਰ ਵਿੱਚ ਇੱਧਰ ਆਂਦੇ ਹੋ ਨਾ ਇੱਥੇ ਵਪਾਰ ਦੀ ਗੱਲ ਨਹੀਂ ਹੋਏਗੀ ਲੈਣ ਦੇਣ ਦੀ ਗੱਲ ਨਹੀਂ ਹੋਏਗੀ ਇੱਥੇ ਨੀਸੰਕੋਚ ਹੋ ਕੇ ਆਓ ਘਰ ਤੋਂ ਲੈ ਕੇ 바ਵੇੜੇ ਤੱਕ 바ਵੇੜੇ ਤੱਕ ਲੈ ਕੇ ਘਰ ਤੱਕ ਤੁਹਾਨੂੰ ਕੋਈ ਕੁਝ ਨਹੀਂ ਵੇਖੇਗਾ ਜਿੱਥੇ ਕੋਈ ਪ੍ਰੋਗਰਾਮ ਹੁੰਦਾ ਕੋਈ ਨਹੀਂ ਵੇਖੇਗਾ ਉਸ ਦੇ ਇਲਾਵਾ ਤੁਹਾਡਾ ਕੀ ਲੈਣ ਦੇਣ ਹੈ ਜਿਸ ਤੇ ਤੁਸੀਂ ਜਿਸ ਠੀਏ ਤੇ ਬਹਿ ਕੇ ਵਪਾਰ ਕੀਤਾ ਉੱਥੇ ਜਾ ਕੇ ਜੋ ਮਰਜ਼ੀ ਲੈਣ ਦੇਣ ਕਰੋ ਜਿੰਨੇ ਮਰਜ਼ੀ ਬੋਲ ਕੇ ਬੋਲ ਬੋਲੋ ਤੁਹਾਡੀ ਮਰਜ਼ੀ ਹੈ ਉਸੇ ਨਾਲ ਲੇਕਿਨ ਗੁਰਪਾਈ ਜਦੋਂ ਬਾਬੇ ਡੇਰੇ ਆਵੇ ਤੇ ਸਾਸਰੀਆ ਕਾਲ ਜਰੂਰ ਰੱਖੋ ਗੁਰ भावे नहीं बोलते हो लेकिन अगर नजरा मिल जावन सड़क पे बुलाओ या ना बुलाओ बाबे डेरे आओ तो भावें ना बोलो हाथ जरूर आप जी दे जुड़ जावन कि अगले नु भी कुछ इस तो ते थानू जवाब वो जरूर देगा एक बार नहीं देगा दूजी बार तो देगा लेकिन अगर दोनों टीट हो जावांगे तो फिर तो काम मुश्किल हो जाता है लेकिन गुरु घर तो ये चीज़ा दूर रख्या गया ਤਾਕਿ ਕੋਈ ਇੱਥੇ ਆਵੇ ਨਾ ਉਹਦੇ ਮਾਨੇ ਚ ਇਹ ਨਾ ਹੋਵੇ ਕਿ ਹੁਣੀ ਮੈਂ ਬਾਹਰ ਨਿਕਲਾਂਗਾ ਤੇ ਇਹਦੇ ਕੋਲ ਤੇ ਮੈਂ ਛੁਪ ਕੇ ਫਿਰਨਾ ਅਜ ਪਕੜਿਆ ਆ ਗਿਆ ਇੱਥੇ ਆ ਕੇ ਕਿਸੇ ਕੋਈ ਨਹੀਂ ਜਾਣਾ ਇਹ ਮਨਾਈਏ ਸਖਤ ਮਾਤਾ ਜੀ ਦੇ ਆਡਰ ਨੇ ਸਾਨੂੰ ਜਿੰਨਾ ਤੇ ਅਸੀਂ ਵਾਰ-ਵਾਰ ਪੈਰਾਂ ਦਿੰਨੇ ਆ ਤੇ ਮਾਤਾ ਜੀ ਦੇ ਜਿਹੜੇ ਵਚਨ ਸਨ ਅਸੀਂ ਕਿਉਂਕਿ ਇਹ ਜਦੋਂ ਸ਼ੁਰੂ ਕੀਤਾ ਸੀ ਕਿ ਸਾਹਿਬ ਸੰਤ ਮਾਤਾ ਜੀ ਨੇ ਕੀਤਾ ਹੈ ਕਮਾਲ ਸਾਰਿਆਂ ਨੂੰ ਇਕੱਠਾ ਕਰਕੇ ਰੱਖਿਆ ਸਮਾਲ ਇਹ ਲਬਹ ਜਿਹੜੇ ਸਨ ਨਾ ਉਹਨਾਂ ਦਾ ਮਤਲਬ ਪਤਾ ਹੈ ਕੀ ਸੀ ਕਿ ਜਦੋਂ ਵੀ ਦਾਸ ਨੂੰ ਯਾਦ ਹੈ ਕਿ ਮਾਤਾ ਜੀ ਦਾ ਸਰੀਰ ਜਦੋਂ ਵਿਰਧ ਹੋ ਗਿਆ ਸੀ ਪਹਿਲੇ ਤੇ ਮੀਟਿੰਗਾਂ ਵਿੱਚ ਵੀ ਆਉਂਦੇ ਸਨ ਲੇਕਿਨ ਬਾਅਦ ਹੀ ਜਦੋਂ ਆਣਾ ਉਹਨਾਂ ਦਾ ਕੱਟ ਗਿਆ ਸੀ ਆ ਨਹੀਂ ਆ ਸਕਦੇ ਸਨ ਤੇ ਕਹਿੰਦੇ ਸਾਂ ਸੀ ਕਿ ਮਾਤਾ ਜੀ ਕੋਈ ਵਚਨ ਸਾਂਝੇ ਕਰੋ ਜਿਹੜੇ ਸੰਗਤ ਨੂੰ ਆਪ ਜੀ ਦੇ ਵਚਨ ਜਾ ਕੇ ਸੁਣਾਈ ਹੈ ਸਾਂ ਕੀ ਸੰਗਤ ਨੂੰ ਵੀ ਇਕਤ ਹੋਵੇ ਕੀ ਭਈ ਮੀਟਿੰਗ ਵਿੱਚ ਗਏ ਆ ਕਿ ਅਸੀਂ ਮਾਤਾ ਜੀ ਕੋਲੋਂ ਵਚਨ ਜਦੋਂ ਸਾਂਝੇ ਕਰਦੇ ਸਾਂ ਕਿ ਮਾਤਾ ਜੀ ਨੇ ਇਹ ਵਚਨ ਸੰਗਤ ਵਾਸਤੇ ਕੀਤੇ ਨੇ ਤੇ ਕੋਈ ਹਮੇਸ਼ਾ ਇੱਕੋ ਗੱਲ ਔਰ ਇਸ਼ਾਰਾ ਕਰਕੇ ਕਹਿੰਦੇ ਸੰਗਤ ਨੂੰ ਇੱਕ ਗੱਲ ਕੋ ਐਂਡ ਕਰਦੇ ਸਾਂ ਕਹਿੰਦੇ ਇਹ ਬੰਦ ਮੁਠੀ ਹੋਵੇ ਬੰਦ ਮੁਠੀ ਇਕ ਹੋ ਕੇ ਰਹਿਣਾ ਸਾਰਿਆਂ ਇਕ ਹੋ ਕੇ ਰਹੋ ਇਕ ਹੋ ਕੇ ਮਤਲਬ ਕਿ ਸਾਰਿਆਂ ਨੇ ਇੱਥੇ ਜਿਹੜਾ ਇਹ ਇਤਨਾ ਵੱਡਾ ਸਮਾਗਮ ਹੈ ਸਭ ਦਾ ਸਾਂਝਾ ਹੈਗਾ ਇਹ ਸਮਾਗਮ ਜਿਹੜਾ ਹੈਗਾ ਕਿਸੇ ਇੱਕ ਦਾ ਨਹੀਂ ਹੈਗਾ ਉੱਥੇ ਉੱਤੇ ਵੀ ਦੇਖੋ ਲਿਖਿਆ ਜਗਤ ਮਾਤਾ ਇਹ ਨਾ ਸਮਝ ਲੈਣਾ ਕਿ ਉਹ ਸਾਜੀ ਦੀ ਮਾਤਾ ਸਨ ਉਹਨਾਂ ਨੇ ਪਹਿਲੇ ਤੁਹਾਨੂੰ ਮੇਹਰ ਤੋਂ ਵੀ ਪਹਿਲੇ ਤੁਹਾਨੂੰ ਆਪਣਾ ਬੱਚਾ ਸਮਝਿਆ ਤੇ ਉਹਨਾਂ ਦੇ ਵਚਨ ਸਨ ਕਿ ਅਸੀਂ ਇੱਕ ਹੋ ਕੇ ਰਹੀਏ ਮਜਬੂਤੀ ਨਾਲ ਰਹੀਏ ਕਿ ਸਾਨੂੰ ਕੋਈ ਤੋੜ ਨਾ ਸਕੇ ਕਿੰਨੀ ਵੀ ਵੱਡੀ ਹੋਵੇ ਔਰ ਫਿਰ ਜਦੋਂ ਕਹਿੰਦੇ ਨਾ ਪ੍ਰੋਗਰਾਮ ਕਹਿੰਦੇ ਲੋਕ ਕਹਿੰਦੇ ਆ 200 ਆਦਮੀ ਦਾ ਫੰਕਸ਼ਨ ਹੈ ਤਾਂ ਕਹਿੰਦਾ ਹੱਥ ਪੈਰ ਪਏ ਉਹਨਾਂ ਨੇ ਮੇਰੇ ਘਰ 200 ਆਦਮੀਆਂ ਨੇ ਆਣਾ ਹੈ ਲੇਕਿਨ ਮਾਤਾ ਹੀ ਨੇ ਸਾਨੂੰ ਇਤਨਾ ਮਜਬੂਤ ਕਰਤਾ 2 500 ਹਜ਼ਾਰ ਦਾ ਪ੍ਰੋਗਰਾਮ ਹੋਵੇ ਕਹਿੰਦੇ ਕਿ ਪ੍ਰੋਗਰਾਮ ਬڑا ਛੋਟਾ ਜਿਹਾ ਪ੍ਰੋਗਰਾਮ 200 500 ਦਾ ਸਿਰਫ 500 ਸਰੀਰ ਆਣੇ ਨੇ ਉਹ ਤੇ ਉਹਦੇ ਵਾਸਤੇ ਕੀ ਕਰਨਾ ਕਿਉਂਕਿ ਸਾਰੇ ਅਸੀਂ ਇੱਕ ਜੁਟ ਜੇ ਆਂ ਸੇਵਾਦਾਰਾਂ ਦੀ ਕਮੀ ਨਹੀਂ ਤੇ ਗੁਰੂ ਮਹਾਰਾਜ ਤੇ ਮੇਰੇ ਤੇ ਮਾਤਾ ਹੀ ਦੇ ਇਹ ਸੱਚੇ ਸੁੱਚੇ ਵਚਨ ਸਨ ਕਿ ਤੁਸੀਂ ਮੇਰੇ ਖੰਭ ਹੋ ਮੈਨੂੰ ਕੀ ਉਡਾਨ ਤੋਂ ਡਰਿਆ ਜਿੰਨੀ ਲੰਬੀ ਮਰਗੀ ਉਡਾਰੀ ਹੋਵੇ ਮੇਰੇ ਤੇ ਮੈਂ ਮਾਰ ਸਕਨੀ ਜਿੰਨੀ ਲੰਬੀ ਮਰਜੀ ਉਡਾੜੀ ਹੋਵੇ ਮੇਰੇ ਪੰਖ ਕੋਲ ਮੇਰੇ ਕੋਲ ਜਿੰਨੇ ਹਨੇ ਪੰਖ ਤੇ ਸਾਰੇ ਪੰਛੀ ਉੜਦੇ ਹਨ ਕਹਿੰਦੇ ਮੇਰੇ ਪੰਖ ਇਤਨੇ ਹਨ ਕਿ ਮਨ ਨੂੰ ਕੋਈ ਚਿੰਤਾ ਹੀ ਨਹੀਂ ਜਿੰਨੀ ਮਰਗੀ ਵੱਡੀ ਉਡਾਰੀ ਮਾਰ ਕੇ ਲੈ ਜਾਉ ਤੇ ਉਹਨਾਂ ਦੇ ਬਚਨਾਂ ਨੂੰ ਅਸੀਂ ਅਗਰ ਛੋਟੇ ਛੋਟੇ ਬਚਨਾਂ ਨੂੰ ਗਹਿਰਾਈ ਨਾਲ ਸਮਝੀਏ ਗਹਿਰਾਈ ਨਾਲ ਸਮਝੀਏ ਕਿ ਅਸੀਂ ਆਪਸ ਵਿੱਚ ਕਹਿੰਦੇ ਹਨ ਕਿ ਕੋਈ ਅਸੀਂ ਬੇਤਫਾਕੀਆਂ ਨਾ ਰੱਖੀਏ ਆਪਣੇ ਸ਼ਹਰਾ ਵਿੱਚ ਸ਼ੋਭਾ ਵਧਾਈਏ ਸ਼ੋਭਾ ਵਧਾਈਏ ਆਪਣੇ ਸਤਗੁਰਾਂ ਦੀ ਸ਼ੋਭਾ ਵਧਾਈਏ ਆਪਣੇ ਸ਼ੋਭਾ ਇਸ ਤਰ੍ਹਾਂ ਨਹੀਂ ਵਧਦੀ ਕਿ ਸਵੇਰੇ ਦਰਵਾਜ਼ਾ ਖੁੱਲਿਆ ਤੇ ਸ਼ਾਮੀ ਰਾਤੀ ਤਾਲਾ ਮਾਰਿਆ ਤੇ ਕਹ ਰਾਗੇ ਕੋ ਜੀ ਬਾਬਦੇ ਰਫੇ ਪ੍ਰੋਗਰਾਮ ਵੀ ਹੋਣੇ ਚਾਹੀਦੇ ਨੇ ਨਿਯਮ ਵੀ ਬਣਨੇ ਚਾਹੀਦੇ ਨੇ ਅਗਰ ਨਿਯਮ ਨਹੀਂ ਹੈਗਾ ਤੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਇੱਥੇ ਅਸੀਂ ਸਾਰੇ ਇਕੱਠੇ ਹੋਏ ਆਂ ਆਪਣੀ ਮਾਤਾ ਦੀ ਅਸੀਸ ਲੈਣ ਵਾਸਤੇ ਉਹਨਾਂ ਦੇ ਇੱਥੇ ਜੋ ਉਹਨਾਂ ਨੇ ਸਾਡੇ ਤੇ ਕਿਰਪਾ ਕੀਤੀਆਂ ਉਹਨਾਂ ਨੂੰ ਮੰਨ ਕੇ ਅਸੀਂ ਦੁਬਾਰਾ ਤੋਂ ਦੁਬਾਰਾ ਤੇ ਬਾਰਾ ਚੋਂ ਬਾਰਾ ਕਹਿੰਦੇ ਨਾ ਕਿ ਉਹਨਾਂ ਚੀਜ਼ਾਂ ਨੂੰ ਦੁਰਾਂਦੇ ਰਹਿਣਾ ਇਹ ਇਤਿਹਾਸ ਹੈ ਇਹ ਖਤਮ ਨਹੀਂ ਹੋਣਾ ਇਤਿਹਾਸ ਖਤਮ ਕਦੇ ਨਹੀਂ ਹੁੰਦਾ ਜਿਹੜਾ ਇਤਿਹਾਸ ਬਣ ਜਾਂਦਾ ਉਹ ਲਿਖਿਆ ਜਾਂਦਾ ਅੱਜ ਇਤਿਹਾਸ ਦੁਹਰਾਇਆ ਜਾਂਦਾ ਬਾਣੀ ਪੜੀ ਜਾਂਦੀ ਹੈ ਰੋਜ਼ ਬਾਣੀ ਐਈ ਹੈ ਸਤਗੁਰਾਂ ਦੀ ਰੋਜ਼ ਅੱਛੇ ਤੋਂ ਅੱਛੀ ਪੜਾਈਆਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਆ ਗਈਆਂ ਅੱਛੇ ਤੋਂ ਅੱਛੇ ਸਕਾਲਰ ਆ ਗਏ ਪੜ੍ਹੇ ਲਿਖੇ ਸਮਝਦਾਰ ਆ ਗਏ ਬੁੱਧੀਮਾਨ ਜੀਵ ਆ ਗਏ ਤੇ ਉਹਨੇ ਹੋਰ ਅੱਛੇ ਔਰ ਆਸਾਨ ਅਰਥ ਕਰਕੇ ਸਾਨੂੰ ਦੱਸਦੇ ਨੇ ਤੇ ਸਾਨੂੰ ਹੋਰ ਗਹਿਰਾਈ ਨਾਲ ਪਤਾ ਚੱਲਦਾ ਹੈ ਕਿ ਅਸੀਂ ਕੀ ਗਿਆ ਦੇਖੋ ਬਾਬਾ ਜੀ ਦਾ ਅਸੀਂ ਪਾਠ ਵੀ ਕਰਨੇ ਆ ਪਾਠ ਕਰਕੇ ਸਮਝ ਨਹੀਂ ਆਂਦੀ ਅਗਰ ਸਮਝ ਆਂਦੀ ਹੈ ਤੇ ਉਦਨ ਹੀ ਸਮਝ ਨਹੀਂ ਆਂਦੀ ਭਾਵੇਂ ਕਿੰਨੀ ਵਾਰ ਵੀ ਕਰਨੇ ਆ ਲੇਕਿਨ ਕਈ ਵਾਰ ਕੋਈ ਇੱਕ ਐਸਾ ਸਰੀਰ ਵਿਚਕਾਰ ਪੜਿਆ ਲਿਖਿਆ ਸਮਝਦਾਰ ਕਾਬਿਲ ਆ ਜਾਂਦਾ ਹੈ ਕਿ ਉਹ ਤੁਹਾਨੂੰ ਉਹਨਾਂ ਲਾਈਨਾਂ ਦਾ ਇਤਨੀ ਗਹਿराई ਨਾਲ ਮਤਲਬ ਸਮਝਾ ਜਾਂਦਾ ਹੈ ਕਿ ਉਹ ਤੁਹਾਡੇ ਜਿਹੜਾ ਅੰਦਰ ਵੱਸਦਾ ਹੈ ਫਿਰ ਸਾਰਾ ਜੀਵਨ ਅੰਦਰ ਰਹਿੰਦਾ ਹੈ ਬਾਹਰ ਨਹੀਂ ਨਿਕਲਦਾ ਔਰ ਉਹਨਾਂ ਲਾਈਨਾਂ ਨੂੰ ਜਦੋਂ ਤੁਸੀਂ ਦੁਹਰਾਉਂਦੇ ਹੋ ਤੇ ਸਿਰਫ ਤੁਹਾਡਾ ਭਲਾ ਨਹੀਂ ਹੁੰਦਾ ਕਿਉਂਕਿ ਤੁਸੀਂ ਜਦੋਂ ਇੱਕ ਚੀਜ਼ ਸਿੱਖਦੇ ਹੋ ਤਾਂ ਤੁਸੀਂ ਕਹਿੰਦੇ ਹੋ ਕਿ ਮੈਂ ਕਦੇ ਨਹੀਂ ਸੁਣੀ ਕਿਸੇ ਕੋਲ ਅੱਜ ਪਹਿਲੀ ਵਾਰ ਸੁਣੀ ਤੇ ਮੇਰੇ ਮਨ ਨੂੰ ਪਾ ਗਈ ਉਹ ਚੀਜ਼ ਪਤਾ ਨਹੀਂ ਤੁਸੀਂ ਕਿੰਨੇ ਬੰਦਿਆਂ ਨਾਲ ਸਾਂਝੀ ਕਰਦੇ ਹੋ ਔਰ ਤੁਹਾਡੀ ਗੱਲ ਸੁਣ ਕੇ ਕਿੰਨੇ ਬੰਦੇ ਉਸ ਚੀਜ਼ ਨਾਲ ਸਹਿਮਤ ਹੁੰਦੇ ਹੋਣਗੇ ਜਦੋਂ ਸਹਿਮਤ ਹੁੰਦੇ ਹੋਣਗੇ ਤੇ ਉਹਨਾਂ ਨਾਲ ਕਿੰਨੇ ਅੱਗੇ ਆ ਜਗ੍ਹਾ ਅੱਗੋਂ ਕਿੰਨੀ ਵੰਡਿੰਦੀ ਹੋਏਗੀ ਇਹ ਤੇ ਬਾਣੀ ਇਸ ਤਰ੍ਹਾਂ ਦੀ ਚੀਜ਼ ਹੈ ਕਿ ਇਹ ਤੇ ਅੱਗੋਂ ਦੀ ਹਗੋ ਮਾਸਟਰ ਨੇ ਸਾਨੂੰ ਪੜਾਇਆ ਸਕੂਲ ਅੰਦਾ ਸਾਰਿਆਂ ਨੇ ਇੱਕੋ ਜਿਹਾ ਤਾਂ ਨਹੀਂ ਸਮਝਿਆ ਵਿਦ ਨਾਲ ਲæg ਵੀ ਸਨ, ਹੁਸ਼ਿਆਰ ਵੀ ਸਨ, ਫੇਲਿਅਰ ਵੀ ਸਨ, ਸਾਰੇ ਹਰ ਤਰੀਕੇ ਦੇ ਬੱਚੇ ਸਨ। ਜਿੰਨੂੰ ਜਿੰਨੀ ਗੱਲ ਜ਼ਿਆਦਾ ਸਮਝ ਆਈ, ਓਤਨੇ ਜ਼ਿਆਦਾ ਨੰਬਰ ਮਿਲ ਗਏ ਉਹਨੂੰ। ਓਤਨੀ ਕਾਮਯਾਬੀ ਮਿਲ ਗਈ। ਤੇ ਇਹ ਵੀ ਜੀਵਨ ਦੇ ਅੰਦਰ ਇੱਥੇ ਆ ਕੇ ਸਾਨੂੰ ਸਾਡਾ ਜਿਹੜਾ ਕਰੈਕਟਰ ਹੈਗਾ ਅਸਲੀ ਉਹ ਸੰਗਤ ਹੀ ਝਾਕੇ ਬਣਦਾ ਹੈ। ਸੰਗਤ ਸਾਨੂੰ ਸਿਖਾਉਂਦੀ ਹੈ। ਗੁਰੂ ਨਾਨਕ ਪਾਸ਼ਾ ਦੇ ਬਚਨ ਸਨ। ਅਗਰ ਨਾਮ ਜਪਣ ਦਾ ਜਿਹੜਾ ਰਾਹ ਦੱਸਿਆ ਵਣ ਛਕਣ ਦਾ ਰਾਹ ਦੱਸਿਆ ਕਿਰਤ ਕਰਨ ਦਾ ਰਾਹ ਦੱਸਿਆ ਇਹ ਸਾਡਾ ਕੈਰੈਕਟਰ ਸੀ ਸਾਨੂੰ ਉਹਨਾਂ ਨੇ ਮਿਹਨਤੀ ਬਣਾਇਆ ਕਿਰਤ ਕਰੋ ਜਿਹੜਾ ਮਿਹਨਤੀ ਆਦਮੀ ਹੋਏਗਾ ਉਹਨੂੰ ਕਮਾਣ ਦਾ ਤਰੀਕਾ ਆਏਗਾ ਜਿਹਨੂੰ ਕਮਾਣ ਦਾ ਤਰੀਕਾ ਆਏਗਾ ਉਹਦੇ ਮਨ ਵਿੱਚ ਕਦੇ ਨਹੀਂ ਆਏਗੀ ਕਿ ਮੈਂ ਇਹ ਰਾ ਫੇਰੀ ਕਰਾਂ ਮੈਨੂੰ ਕਰਨਾ ਆਂਦਾ ਉਹਨੂੰ ਆਪਣੇ ਹੱਥਾਂ ਤੇ ਫਿਰ ਉਹ ਕਿਰਤ ਕਰਦਾ ਫਿਰ ਉਹਦੇ ਮਾਨੀ ਚਾਹਦੀ ਹੈ ਕਿ ਮੈਂ ਮੇਰੇ ਕੋਲ ਇਤਨਾ ਹੋ ਗਿਆ ਮੈਂ ਸਮਾਜ ਵਿੱਚ ਰਹਿ ਰਿਹਾ ਮਨੂੰ ਪਰਮਾਤਮਾ ਨੇ ਇਤਨਾ ਦੇ ਦਿੱਤਾ ਮਿਹਨਤ ਕੀਤੀ ਕੋਈ ਭੈਣ ਭਰਾ ਜਿਹਦੇ ਕੋਲ ਨਹੀਂ ਹੈ ਜਿੱਦੀ ਮੈਂ ਮਦਦ ਕਰ ਸਕਾਂ ਤੋ ਕੰਨ ਨੂੰ ਵੰਡ ਕੇ ਛਕੋ ਵੰਡੋ ਵੀਤ ਵੰਡਾ ਵੀ ਸਿਖਾਇਆ ਗੁਰੂ ਮਹਾਰਾਜ ਨੇ ਕਮਾਣਾ ਵੀ ਸਿਖਾਇਆ ਵੰਡਣਾ ਵੀ ਸਿਖਾਇਆ ਤੇ ਫਿਰ ਕਹਿੰਦਾ ਨਾ ਆਪਣੇ ਜੀਵਨ ਨੂੰ ਤੁਸੀਂ ਸਵਾਰਨਾ ਹੈ। ਅਗਰ ਅਸਲੀ ਤਾਂ ਜਿਹੜਾ ਜੀਵਨ ਦਾ ਹੈ ਜਿਹੜੀ ਸੱਚੀ ਤੇ ਸੁੱਚੀ ਸਾਡੀ ਕਮਾਈ ਹੈ ਜਿਹੜਾ 10 ਪਹਿਲੇ ਵੀ ਕਹਿੰਦਾ ਹੈ ਕਿ ਗੱਲ ਸਮਝ ਲਓ ਅਸੀਂ ਮਿਹਨਤ ਥੋੜੀ ਕਰਨਿਆ ਜਾਂ ਜ਼ਿਆਦਾ ਕਰਨਿਆ ਅਸੀਂ 10 ਜੋੜੇ ਨਹੀਂ ਹੈ 10 ਲੱਖ ਜੋੜੇ ਨਹੀਂ ਹੈ 10 ਕਰੋੜ ਜੋੜੇ ਨਹੀਂ ਲਿਮਟ ਨਹੀਂ ਅਗਰ 10 ਜੋੜੇ ਅੰਤਾਂਮੀ ਮਰਨੇ ਤੋਂ ਬਾਅਦ ਪਿੱਛੇ 2 1 ਇੱਕਨ ਥੋੜੇ ਨਾ ਥੋੜੇ ਵੰਡ ਲਣਗੇ ਵੱਦਾਂ ਤੇ ਵਤ ਵੰਡ ਲਣਗੇ ਜੋ ਨਾ ਆਸਤੇ ਅਸੀਂ ਕਮਾ ਕੇ ਜਾ ਰਹੇ ਆ ਜੋ ਸਾਡੇ ਵੱਡੇ ਸੰਦ ਦੇ ਕੇ ਅਸੀਂ ਉਹਦੇ ਚ ਕੋਈ ਜੋੜ ਪਾਏ ਨਾ ਜੋੜ ਪਾਏ ਜਿੰਨਾ ਜੋੜ ਪਾਏ ਉਨਾ ਸਹੀ ਅਗੋਂ ਵਣਿਆ ਜਾਣਾ ਹੈ ਲੇਕਿਨ ਜਿਹੜੀ ਸੱਚੀ ਕਮਾਈ ਨਾਮ ਜਪਿਆ ਜਿਹੜੀ ਸੱਚ ਦੀ ਕਮਾਈ ਕੀਤੀ ਕਹਿੰਦੇ ਨੇ ਉਸੇ ਕੇਵਲ ਤੇ ਕੇਵਲ ਉਸੇ ਦੀਏ ਜਿਹਨੇ ਜਪਿਆ ਉਹਦੇ ਚ ਮੀਆਂ ਨਾਲ ਬੀਬੀ ਨਹੀਂ ਤੇ ਬੀਬੀ ਨਾਲ ਮੀਆਂ ਨਹੀਂ ਤੇ ਬੱਚੇ ਤੇ ਦੂਰ ਦੀ ਗੱਲ ਉਹਦੇ ਤੇ ਸਿਰਫ ਜਿਹੜਾ ਹੱਕ ਹੈ ਉਹ ਤੁਹਾਡਾ ਹੀ ਹੈ ਤੇ ਗੁਰੂ ਮਹਾਰਾਜ ਨੇ ਦੇਖੋ ਕੈਸੇ ਪੂਰਨੇ ਪਾਏ ਤੇ ਉਹਨਾਂ ਪੂਰਨਿਆਂ ਨੂੰ ਹੀ ਸਾਨੂੰ ਮਾਤਾ ਕੀ ਸਮਝਾਉਂਦੇ ਰਹੇ ਕਿ ਸੱਚ ਦੀ ਰਾਹ ਤੇ ਚੱਲੀਏ ਸੱਚ ਦੀ ਰਾਹ ਤੇ ਚੱਲੀਏ ਆਪਸੇ ਇਤفاق ਰੱਖੀਏ ਪਿਆਰ ਰੱਖੀਏ ਇਕਤਾ ਬਣੀ ਰਹੇ ਸਾਡੀ ਸਾਰਾ ਹਿਸਾਬ ਕਿਤਾਬ ਸਾਡਾ ਠੀਕ ਤਰ੍ਹਾਂ ਚੱਲਦਾ ਰਹੇ ਇਹ ਸੱਚੇ ਪਾਤਸ਼ਾਹ ਕੋਲੋਂ ਅਸੀਂ ਬਰਕਤਾਂ ਮੰਗ ਰਹੇ ਹਾਂ ਇਹ ਮਾਤਾ ਜੀ ਦੇ ਸਾਡੇ ਵਾਸਤੇ ਜਿਹੜਾ ਇਹ ਦਿਨ ਮਨਾਣਾ ਹੈ اسی ਵਾਸਤੇ ਹੈ ਇਹ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੇ ਇਦੋਂ ਅਸੀਂ ਇਹ ਬਖਸ਼ਿਸ਼ ਲੈ ਕੇ ਜਾਈਏ ਕਿ ਅੱਜ ਤੱਕ ਮਾਨੇ ਚ ਨਹੀਂ ਆਈ ਇਹ ਗੁਰਨਾਨਕ ਨੇ ਦੇ ਵਚਨ ਨੇ ਕਰਤ ਵੀ ਕਰਨੀ ਹੈ ਪਹਿਲਾ ਸਭ ਤੋਂ ਪਹਿਲੇ ਨਾਮ ਵੀ ਆਪਣਾ ਕਰਤ ਵੀ ਕਰਨੀ ਹੈ ਵੰਡ ਵੀ ਛਕਣੀ ਹੈ ਸਮਾਜ ਨੂੰ ਜੇ ਉੱਤੇ ਜੁਕਣਾ ਹੈ ਤੇ ਸਭ ਤੋਂ ਵੱਡਾ ਤਰੀਕਾ ਇਹ ਹੀ ਹੈ ਤੇ ਮਨ ਵਿੱਚ ਇੱਥੇ ਕਹਿੰਦੇ ਨਾ ਕਿ ਜਦੋਂ ਤੁਸੀਂ ਸੰਗਤ ਵਿੱਚ ਆਓਗੇ ਤੇ ਤੁਹਾਡੇ ਅੰਦਰ ਰਾਗੀ ਸਿੰਘ ਆਦਨ ਤੇ ਕੋਈ ਗੱਲ ਕਰਨ ਨਾ ਕਿ ਸਮਰਪਣ ਦੀ ਭਾਵਨਾ ਰੱਖੋ ਸਮਰਪਣ ਕਿਸ ਵਾਸਤੇ ਸਮਰਪਣ ਇਸੇ ਵਾਸਤੇ ਹੈਗਾ ਗੁਰੂ ਮਹਾਰਾਜ ਕਿਰਪਾ ਕਰੇ ਕਿ ਸਮਰਪਣ ਸਾਡਾ ਮਾਲਕ ਤੇ ਹੋਵੇ ਭਰੋਸਾ ਉਸ ਤੇ ਹੋਵੇ ਉਹਦੀ ਕਿਰਪਾ ਸਾਡੇ ਤੇ ਬਣੀ ਰਹੇ ਚਰਨਾਂ ਨਾਲ ਮਾਲਕ ਦੇ ਜੁੜੇ ਰਹੇ ਤੇ ਇਹ ਜਿਹੜਾ ਹੈ ਸਾਥ ਗੁਰੂ ਮਹਾਰਾਜ ਨੇ ਜੋ ਵਚਨ ਹਨ ਸਾਖੀਆਂ ਰਾਈ ਸਮਝਾਇਆ ਕਿਰਪਾ ਸੱਚੇ ਪਾਤਸ਼ਾਹ ਕੋਲੋਂ ਮੰਗਣੀ ਹੈ ਗੁਰੂ ਮਹਾਰਾਜ ਕਹ ਲੋ ਅਸੀਂ ਇੱਥੇ ਬਖਸ਼ਿਸ਼ ਲੈਣਾ ਆਏ ਆਂ ਕਿਰਪਾ ਕਰਨੀ ਆਪ ਜੀ ਸਭ ਇਧਰ ਆਏ ਹੋ ਤੇ ਇਧਰੋਂ ਖਾਲੀ ਨਾ ਜਾਓ ਪੁਰਾਣੇ ਬੰਦੇ ਜਦੋਂ ਘਰੋਂ ਚੱਲਦੇ ਸਨ ਨਾ ਤੇ ਮੈਨੂੰ ਯਾਦ ਹੈ ਕਿ ਅਸੀਂ ਦਿੱਲੀ ਸਾਡੇ ਕੋਲ ਰਾਮ ਸਰੂਪ ਵੀਰ ਜੀ ਹੁੰਦੇ ਸਨ ਮਾਤਾ ਦੀ ਗੱਦੇ ਕੋਈ ਗੱਲ ਕਵਨ ਨਾ ਜਾਂ ਸਾ ਮਾਰਾ ਦੀ ਹੁਣੀ ਗੱਲ ਕਵਨ ਤੇ ਉਹ ਝਟ ਜੇਬ ਵਿੱਚ ਰੁਮਾਲ ਕੱਢ ਲਵਨ ਤੇ ਗੰਡ ਮਾਰ ਲਵਨ ਗੰਡ ਮਾਰ ਕੇ ਤੇ ਜੇਬ ਵਿੱਚ ਪਾ ਲਵਨ ਤੇ ਅਸੀਂ ਬੱਚੇ ਹੁੰਦੇ ਸੀ ਬਹੁਤ ਪੁਰਾਣੀ ਗੱਲ ਕਰ ਰਹੇ ਹਾਂ 40 ਸਾਲ ਪੁਰਾਣੀ ਗੱਲ ਕਰ ਰਹੇ ਹਾਂ 50 ਸਾਲ ਪੁਰਾਣੀ ਗੱਲ ਕਰ ਰਹੇ ਹਾਂ ਉਹ ਜੇਬ ਵਿੱਚ ਗੰਡ ਪਾ ਕੇ ਤੇ ਰੁਮਾਲ ਪਾ ਲਵਨ ਕਹਿੰਦੇ ਕਿਉਂ ਕਹਿੰਦੇ ਮਾਤਾ ਇਹ ਸਾਰਾ ਦਿਨ ਮਜ਼ਦੂਰੀ ਕਰੀ ਦੀ ਹੈ ਕੰਮ ਕਰੀਦਾ ਹੈ ਕਈ ਵਾਰ ਨਹੀਂ ਵੀ ਯਾਦ ਰਹਿੰਦਾ ਲੇਕਿਨ ਇੱਕ ਦੋ ਵਾਰ ਜੇ ਵੀ ਤੇ ਹੱਥ ਮਾਰਨਾ ਪੈਂਦਾ ਨਾ ਭਾਵੇਂ ਪਸੀਨਾ ਪੂੰਝਣਾ ਹੋਵੇ ਭਾਵੇਂ ਹੱਥ ਪੂੰਝਣੇ ਹੋਣ ਜਦੋਂ ਗੰਡ ਲੱਗੀ ਹੁੰਦੀ ਹੈ ਤੇ ਵੇਖਨੇ ਆ ਵੀ ਇਹ ਗੰਡ ਕਿਉਂ ਮਾਰੀ ਸੀ ਇਹ ਗੰਡ ਕਿਉਂ ਮਾਰੀ ਸੀ ਫਿਰ ਯਾਦ ਆਂਦਾ ਕਿ ਸਵੇਰੇ ਮਾਤਾ ਜੀ ਕੋਲ ਗਏ ਸਾ ਮਾਤਾ ਜੀ ਨੇ ਕੋਈ ਕੰਮ ਕੀਤਾ ਸੀ ਉਹ ਜਾਣਾ ਹੈ ਵਾਪਸੀ ਤੇ ਨਾਲ ਸਮਾਨ ਲੈ ਕੇ ਜਾਣਾ ਹੈ ਉਹ ਬਚਨ ਯਾਦ ਆ ਜਾਂਦੇ ਤੇ ਇੱਧਰ ਵੀ ਅਸੀਂ ਆਏ ਆ ਨਾ ਤੇ ਕੋਈ ਗੱਲ ਜਿਹੜੀ ਅੱਛੀ ਲੱਗੇ ਤਾਂ ਉਹਨੂੰ ਗੰਡ ਮਾਰ ਲਓ ਤੇ ਗੰਡ ਮਾਰ ਕੇ ਤੇ ਉਹਨੂੰ ਨਾਲ ਲੈ ਜਾਓ ਉਸ ਗੱਲ ਨੂੰ ਸਮਝਣਾ ਹੁਣ ਕਈ ਆਨੇ ਮੰਨੀ ਚ ਆਇਆਗਾ ਸੁਣਦੇ ਲੀਤੀ ਤੇ ਗੰਡ ਮਾਰਨੇ ਦੀ ਕੀ ਲੋੜ ਹੈ ਉਹ ਭਾਈ ਮੇਰੇ ਉਹ ਗੰਡ ਮਾਰਨੇ ਦੀ ਲੋੜ ਇਸ ਕਰਕੇ ਵੇ ਕਿਸ ਜਿਹੜਾ ਪਰਿਵਾਰ ਤੋਂ ਨਹੀਂ ਆਇਆ ਜਦੋਂ ਗੰਡ ਖੋਲੋਗੇ ਤੇ ਉਹ ਗੰਡ ਜਿਹੜੀ ਹੈ ਨਾ ਉਹ ਤਾਂ ਖੋਲ ਲਾ ਪਰਿਵਾਰ ਵਾਲਿਆਂ ਨੂੰ ਉਹ ਗੱਲ ਕਹਿਣਾ ਮੈਂ ਉੱਥੇ ਗਿਆ ਸੀ ਮੈਨੂੰ ਇਹ ਗੱਲ ਬੜੀ ਚੰਗੀ ਲੱਗੀ ਸੀ ਗੁਰਪ੍ਰਭ ਤੇ ਗਿਆ ਮੈਂ ਇਹ ਵਚਨ ਬੜੇ ਸੋਹਣੇ ਲਗੇ ਸਨ ਇਹ ਸਾਖੀ ਬੜੀ ਸੋਹਣੀ ਲੱਗੀ ਸੀ ਤੇ ਮੈਂ ਇਸ ਕਰਕੇ ਗੰਡ ਖੋਲ ਰਿਹਾ ਤੁਹਾਨੂੰ ਸੁਣਾ ਰਿਹਾ ਤੁਹਾਡੇ ਸਾਰਿਆਂ ਨੂੰ ਇਹ ਚੇਤੇ ਹੋ ਜਾਵੇ ਕਦੇ ਮੈਂ ਪੁੱਛਾਂ ਮੈਂ ਭੁੱਲ ਵੀ ਜਾਵਾਂ ਤਾਂ ਤੁਸੀਂ ਮੈਨੂੰ ਯਾਦ ਕਰਵਾਣਾ ਤੁਸੀਂ ਆਏ ਸੀ ਤੇ ਇਹ ਗੱਲ ਕਹੀ ਸੀ ਤੋਂ ਚੀਜ਼ਾਂ ਜਿਹੜੀਆਂ ਦੁਹਾਈਆਂ ਜਾਂਦੀਆਂ ਨੇ ਸਾਨੂੰ ਸਭ ਮਰਿਆ ਹੋਣੀ ਹੋਰ ਬਚਨ ਜਦੋਂ ਹੁੰਦੇ ਸਨ ਗਨਨ ਪਹਿਲੇ ਅੱਜ ਕੱਲ੍ਹ ਤੋਂ ਜਮਾਨਾ ਨਹੀਂ ਰਿਹਾ ਲੇਕਿਨ ਨੌਜਵਾਨਾਂ ਨੇ ਵੇਖਿਆ ਕਰਨ ਪਰਨਾ ਢਾ ਦੇਂਦੇ ਸਨ ਅਗੇ ਜਦੋਂ ਕੀਰਤਨ ਹੋਣਾ ਨਾ ਤਾਂ ਮੋੜੇ ਤੇ ਆਪ ਜੀ ਨੇ ਵੇਖਿਆ ਹਣਾ ਪਹਿਲੇ ਲੋਕ ਜਿਹੜੇ ਪੁਰਾਣੇ ਹੁੰਦੇ ਸਨ ਪਰਨਾ ਪਾਉਂਦੇ ਸਨ ਕਪੜਾ ਹੁੰਦਾ ਸੀ ਅੱਜ ਕੱਲ੍ਹ ਦੇ ਬੱਚਿਆਂ ਨੂੰ ਨਹੀਂ ਪਤਾ ਹਣਾ ਇਹ ਮੋੜੇ ਤੇ ਇੱਕ ਕਪੜਾ ਹੁੰਦਾ ਸੀ ਲਾਲ ਦੇ ਰੰਗ ਦਾ ਥੋੜਾ ਜਿਆਦਾ ਵਿੱਚ ਧਾਰੀਆਂ ਜਿਹੀਆਂ ਹੁੰਦੀਆਂ ਸਨ ਪਰਨਾ ਪਾ ਲੈਂਦੇ ਸਨ ਕੰਨਨ ਜਦੋਂ ਗੁਰੂ ਮਹਾਰਾਜ ਦੇ ਦਰਵਾਜ਼ੇ ਜਾਣਾ ਨਾ ਤੇ ਆਪੇ ਉਹਨਾਂ ਨੇ ਪਰਨਾ ਅੱਗੇ ਵਿਛਾ ਲੈਣਾ ਤੇ ਜਾਣ ਲੱਗਿਆ ਉਹਨਾਂ ਨੇ ਪਰਨੇ ਦਿਆਂ ਪਰਨੇ ਦਿਆਂ ਤਿਆ ਲਾਣੀਆਂ ਤੇ ਤਿਆਂ ਨੂੰ ਫੋਲਡ ਕਰਕੇ ਤੇ ਕਹਿੰਦੇ ਨੇ ਨੂੰ ਮੈਂ ਘਰ ਤੱਕ ਪਹੁੰਚਾਵਾਂਗਾ ਕਿ ਇਹ ਜਿਹੜੇ ਵਚਨ ਨੇ ਕਿਉਂਕਿ ਅੱਜ ਵਾਲਾ ਜਮਾਨਾ ਨਹੀਂ ਸੀ ਰੇਡੀਓ ਵੀ ਨਹੀਂ ਸੀ ਟੇਪ ਰਿਕਾਰਡਰ ਵੀ ਨਹੀਂ ਸੀ ਉਸ ਜਮਾਨੇ ਦੀਆਂ ਗੱਲਾਂ ਨੇ ਰੇਡੀਓ ਟੇਪ ਰਿਕਾਰਡਰ ਵੀ ਨਹੀਂ ਸੀ ਆਪ ਹੀ ਟੈਪ ਰਿਕਾਰਡਰ ਬਣਨਾ ਪੈਂਦਾ ਸੀ ਕੀ ਕਹਿੰਦੇ ਨੇ ਇਧਰੋਂ ਮੈਂ ਇਹ ਲੈ ਕੇ ਜਾ ਰਿਹਾ ਹਾਂ ਵਾ ਤੇ ਇਹ ਮੈਂ ਆਪਣੇ ਪਰਿਵਾਰ ਨਾਲ ਜਾ ਕੇ ਸਾਂਝੀਆਂ ਕਰਾਂਗਾ ਤੇ ਫਿਰ ਉੱਥੇ ਜਾ ਕੇ ਉਹਨਾਂ ਨੇ ਉਹ ਕਿਉਂਕਿ ਮਾਨੇ ਜੀ ਦੀ ਇੱਛਾ ਜ਼ਾਹਿਰ ਹੁੰਦੀ ਸੀ ਕਿ ਮੇਰਾ ਗਿਆਨ ਗੁਰਪ੍ਰਬਤ ਤੇ ਮੇਰਾ ਹੀ ਭਲਾ ਨਾ ਹੋਵੇ ਮੇਰੇ ਪਰਿਵਾਰ ਦਾ ਵੀ ਭਲਾ ਹੋਵੇ ਮੇਰੇ ਪਰਿਵਾਰ ਦਾ ਵੀ ਭਲਾ ਹੋਵੇ ਤੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਇੱਥੇ ਤੇ ਗੁਰੂ ਮਹਾਰਾਜ ਕਿਰਪਾ ਕਰੇ ਇਤਲੋ ਜੋ ਵੀ ਲੈ ਕੇ ਜਾਂਦੇ ਹੋ ਅਸੀਂ ਗੱਲਾਂ ਇਹਨਾਂ ਬਾਤਾਂ ਨੂੰ ਵਾਰ-ਵਾਰ ਦੁਹਰਾਈਏ ਜਿਹੜੀ ਗੱਲ ਚੰਗੀ ਲੱਗਦੀ ਹੈ ਉਹਨਾਂ ਨੂੰ ਵਾਰ-ਵਾਰ ਦੁਹਰਾਈਏ ਤਾਂ ਕਿ ਉਹ ਸਾਡਾ ਰਸਤਾ ਬਣ ਜਾਏ ਉਹਨਾਂ ਗੱਲਾਂ ਨੂੰ ਵਾਰ-ਵਾਰ ਦੁਹਰਾਣ ਦਾ ਮਤਲਬ ਇਹ ਹੈ ਕਿ ਕਹਿੰਦੇ ਨੂੰ ਸਾਡਾ ਰਸਤਾ ਬਣ ਜਾਏਗਾ ਕਿ ਇੱਕ ਅੱਛੀ ਰਾਹ ਮਿਲ ਗਈ ਸਾਨੂੰ ਭਾਵੇਂ ਸਾਖੀ ਰਾਹੀ ਮਿਲੀ ਭਾਵੇਂ ਸ਼ਬਦ ਰਾਹੀ ਮਿਲੀ ਅੱਜ ਇੱਕ ਫਰਕ ਸਮਝਾ ਗਏ ਨਾ ਉਹਨਾਂ ਤੇ ਉਹਨਾਂ ਦਾ ਭਾਈ ਸਾਹਿਬ ਪੜਨੇ ਤੇ ਸਾਰੇ ਸਾਂ ਲੇਕਿਨ ਉਹਨਾ ਤੇ ਉਹਨਾ ਦਾ ਸਮਝ ਅਜਾਇਆ ਹੁਣੇ ਸਾਰੀ ਸੰਗਤ ਨੇ ਲਿੱਤਾ ਤੇ ਇਸ ਗੱਲ ਤੇ ਵਿਚਾਰ ਕਰਨਾ ਤੇ ਇਹ ਜਿਹੜੇ ਪੰਕਤੀਆਂ ਨੇ ਇਹਨਾਂ ਤੇ ਵਿਚਾਰ ਕਰਾਂਗੇ ਇਹ ਚੀਜ਼ਾਂ ਗਿਆਨ ਵਾਲੀਆਂ ਹੁੰਦੀਆਂ ਨੇ ਪਤਾ ਨਹੀਂ ਹੁੰਦਾ ਕਿ ਕੋਈ ਰਾਗੀ ਸਿੰਘ ਸਾਡੀ ਝੋਲੀ 'ਚ ਕੁਝ ਪਾ ਜਾਣਗੇ ਜਾਂ ਕੋਈ ਆਪਣੇ ਗੁਰਪਾਈ ਨੇ ਕਥਾ ਵਾਚਕ ਨੇ ਹੋਰ ਨੇ ਕਿਸਦੇ ਬਚਨ ਸਾਡੇ ਅੰਦਰ ਵਸ ਜਾਣਗੇ ਚੀਜ਼ਾਂ ਨਹੀਂ ਕਹੀਆਂ ਜਾ ਸਕਦੀਆਂ ਤੇ ਇਸ ਕਰਕੇ ਕਹਿੰਦੇ ਨੇ ਕਿ ਚਿਤ ਹੋ ਕੇ ਗੁਰੂ ਦੇ ਚਰਨਾਂ 'ਚ ਰਹੀਏ ਜਿੱਥੇ ਇਹ ਦਿਨ ਮਨਾ ਰਹਿਆ ਆਪਣੀ ਮਾਤਾ ਦਿਨ ਮਨਾਣਾ ਸਮਝੋ ਉਹਨਾਂ ਨੂੰ ਯਾਦ ਕਰ ਰਹੇ ਆ ਲੋਕਾਂ ਨੇ ਚਲੇ ਗਏ ਨੇ ਚਲੇ ਕਿੱਥੇ ਨਹੀਂ ਗਏ ਜਾਣਦੇ ਉਹ ਨੇ ਜਿਹੜੇ ਭੁੱਲ ਜਾਂਦੇ ਨੇ ਧਿਆਨ ਰੱਖਣਾ ਹੁਣ ਕੋਈ ਕਹੇ ਨਾ ਮਾਤਾ ਜੀ ਮਾਤਾ ਜੀ ਸਾਡੇ ਨਾਲ ਨੇ ਉਹਨਾਂ ਦੇ ਕੀ ਕੀ ਤੇ ਵਚਨ ਸਾ ਮਹਾਰਾਜ ਉਹਨਾਂ ਦੇ ਵਚਨ ਯਾਦ ਕਰੋ ਉਹ ਆਵਾਜ਼ ਅੱਜ ਵੀ ਕਾਨ ਵਿੱਚ ਆਵਾਜ਼ ਆਂਦੀ ਏ ਉਹ ਅੱਜ ਵੀ ਕਾਨ ਵਿੱਚ ਵਚਨ ਪੈਂਦੇ ਨੇ ਤੇ ਹੁਣ ਤੇ ਹੋਰ ਆਸਾਨ ਹੋ ਗਿਆ ਕਾਫੀ ਕੁਝ ਰਿਕਾਰਡਿੰਗ ਵੀ ਹੈ ਸਭ ਕੁਝ ਹੈ ਹਰ ਚੀਜ਼ ਹੈ ਤੇ ਜਿਹੜਾ ਦੂਰ ਹੋਵੇ ਜਿਹੜਾ ਭੁੱਲ ਗਿਆ ਜਿਹਨੂੰ ਸਵੇਰੇ ਸ਼ਾਮ ਨਿਤਾ ਪਰਤੀ ਯਾਦ ਕਰਨਿਆ ਜਿਹੜਾ ਸਾਡੇ ਨਾਲ ਹੈ ਸਾਡੇ ਅੰਗ ਸੰਗ ਹੈ ਕਹਿੰਨੇ ਉਹ ਸਾਡੇ ਅੰਗ ਸੰਗ ਰਹਿਣਾ ਜੀ ਸਾਹ ਇਹਦਾ ਮਤਲਬ ਹੈਗੇ ਨੇ ਨਾ ਤਾਂ ਹੀ ਸਾਹੇ ਹੋਣਗੇ ਨਾ ਇਸ ਚੀਜ਼ ਨੂੰ ਵਿਚਾਰ ਕਰੀਏ ਇਹ ਪੋਜ਼ਿਟਿਵਿਟੀ ਇਹਦੋਂ ਅਸੀਂ ਲੈ ਕੇ ਜਾਣੀ ਹੈ ਤੇ ਉਹ ਮਾਤਾ ਜੀ ਦਾ ਜੋ ਸਾਨੂੰ ਸੰਦੇਸ਼ ਆ ਸਦਾ ਹੁੰਦਾ ਸੀ ਉਸ ਤੇ ਪਹਿਰਾ ਦੇਣਾ ਤੇ ਅੱਗੋ ਵੀ ਪ੍ਰੋਗਰਾਮ ਹੁਣ 10 ਤਰੀਕ ਵੀ ਪ੍ਰੋਗਰਾਮ ਹੱਪੜ ਰੱਖਿਆ ਹੈ ਸ਼ਾਮ ਨੂੰ 5 ਤੋਂ 8 ਹੋਏਗਾ ਫਿਰ 17 ਤਰੀਕ ਫੇਰ ਇਸ ਮਾਪਤੀ ਹੋਏਗੀ ਸਤਗੁਰਾਂ ਦਾ ਜਿਹੜਾ ਹੱਪੜ ਵਿੱਚ ਸੰਗਤਾਂ ਨੂੰ ਆਖਰੀ ਵਾਰ ਦਰਸ਼ਨ ਨਾਲ ਕੋਠੀ ਸਾਹਿਬ ਦਾ ਨੀਰ ਰਖੀ ਸੀ ਉਠੀ ਸਾਹਿਬ ਦੀ ਉਹ ਸਾਰੀ ਇਹਦਾ ਕੰਮ ਸ਼ੁਰੂ ਹੋਇਆ ਸੀ ਉਹ ਜਿਹੜਾ ਪਹਿਲੇ ਤਰੀਕ ਨੂੰ ਅਖੰਡ ਪਾਠ ਸਾਹਿਬ ਦੀ ਲੜੀ ਆਰੰਭ ਹੋਈ ਉਹ ਦੀ ਸਮਾਪਤੀ 17 ਤਰੀਕ ਸਵੇਰੇ ਹੋਏਗੀ ਫਿਰ 18 ਤਰੀਕ 18 17 18 ਤਿਆਰੀ ਜਾਂਦਾ ਹੈ 19 ਨੂੰ ਫਿਰ ਪ੍ਰੋਗਰਾਮ ਹੈਗੇ ਨੇ ਆਪ ਜੀ ਨੂੰ ਪਤਾ ਹੀ ਹੈ ਕਿ ਅਮਰਤ ਵੇਲੇ ਤੋਂ ਪ੍ਰੋਗਰਾਮ ਇੱਥੇ ਸਵੇਰੇ ਅਖੰਡ ਪਾਠ ਸਾਹਿਬ ਇੱਥੇ ਪ੍ਰੋਗਰਾਮ ਤਕਰੀਬਨ 9 ਵਜੇ ਨਾਲ ਸ਼ੁਰੂ ਹੋ ਜਾਏਗਾ ਅਖੰਡ ਪਾਠ ਸਾਹਿਬ ਦੀ ਵੀ ਉਸ ਉਪਰੰਤ ਰਮਤਾ ਹੋਣੀ ਹੈ ਫਿਰ ਪ੍ਰੋਗਰਾਮ ਸਵੇਰੇ ਸ਼ਾਮ ਦੇ ਜਿਸ ਤਰ੍ਹਾਂ ਪਿਛਲੇ ਸਾਲਾਂ ਦੀ ਰੁਟੀਨ ਹੈ ਕਿ ਰਾਤ ਨੂੰ ਤਕਰੀਬਨ 10 11 ਵਜੇ ਤੱਕ ਸ਼ਾਮ ਦਾ ਦੀਵਾਨ ਪੰਜ ਤੋਂ ਛੇ ਸਮੂਹਿਕ ਵਰਨੀ ਹੈ ਛੇ ਤੋਂ ਸੱਤ ਛੇ ਤੋਂ ਸੱਤ ਸਮੂਹਿਕ ਵਰਨੀ ਤੋਂ ਪ੍ਰਾਂਤ ਕੀਰਤਨ ਚੱਲਦਾ ਹੈ 10 10:30 ਤੱਕ ਰੱਖੀਦਾ ਹੈ ਪ੍ਰੋਗਰਾਮ ਇਹ ਜੀ ਦੋਨੋਂ ਦਿਨ ਅਮਰਤ ਵੇਲੇ ਅਗਲੇ ਦਿਨ ਸ਼ੁਰੂ ਹੋਏਗੀ ਆਸਾਦੀ ਵਾਰ ਤੋਂ ਲੈ ਕੇ ਤੇ ਦੁਪਹਿਰ ਤੱਕ ਪ੍ਰੋਗਰਾਮ ਚੱਲਣਾ ਹੈ ਫਿਰ ਸ਼ਾਮ ਦਾ ਪ੍ਰੋਗਰਾਮ 6 ਤੋਂ 7 ਤਬ ਰਾਤ ਨੂੰ ਫਿਰ ਅਗਲੇ ਦਿਨ ਜਿਸ ਤਰ੍ਹਾਂ ਅੱਜ ਸਾਰਾ ਦਿਨ ਪ੍ਰੋਗਰਾਮ ਚੱਲਿਆ ਲਗਭਗ ਸਮਾਪਤੀ 8:00 ਟਾਈਮ ਤੱਕ ਜਾਂ ਹੋਰ ਅੱਧਾ ਘੰਟਾ ਜਿਸ ਤਰ੍ਹਾਂ ਸੰਗਤ ਦਾ ਪਿਆਰ ਹੁੰਦਾ ਉਸ ਮੁਤਾਬਕ ਹੁੰਦਾ ਨਾਉਂਸ ਤੇ 3:00 4:00 ਵੇ ਤੱਕ ਦੀ ਉਮੀਦ ਕਰਨੇ ਆ ਲੇਕਿਨ ਸੰਗਤ ਦਾ ਪਿਆਰ ਕਿੱਥੇ ਲੈ ਕੇ ਜਾਏਗਾ ਉਹ ਫਿਰ ਉਸ ਟਾਈਮ ਹੋਏਗਾ ਇਹ ਪਿਆਰ ਹੁੰਦਾ ਹੈ ਮਾਨੇ ਚ ਇੱਛਾ ਹੁੰਦੀ ਹੈ ਅੱਜ ਵੀ ਤੁਸੀਂ ਵੇਖੋ ਸਾਰੇ ਆਪਣੇ ਪ੍ਰੋਗਰਾਮ ਤੋਂ ਲੇਟ ਚੱਲ ਰਿਹਾ ਸਾ ਹਲੇ ਵੀ ਵਿੱਚ ਦੇ ਨਹੀਂ ਤੇ ਪ੍ਰੋਗਰਾਮ ਅੱਜ ਵੀ ਲੰਬਾ ਹੁੰਦਾ ਇਸੇ ਕਰਕੇ ਇੱਥੇ ਸੰਕੋਚ ਕਰਦੇ ਕਰਦੇ ਵੀ ਤਕਰੀਬਨ ਪੌਣੇ 4 ਦੇ ਨੇੜੇ ਪਹੁੰਚ ਰਹੇ ਆ ਅਗਲਾ ਪ੍ਰੋਗਰਾਮ ਵੀ ਹੁਣ ਹੋਏਗਾ ਤੇ ਸੰਗਤਾਂ ਨੇ ਵੱਚੜ ਕੇ ਕਿਉਂਕਿ ਇਹ ਜਿਹੜੇ ਹੁੰਦੇ ਨੇ ਨਾ ਇਹ ਬਖਸ਼ਿਸ਼ ਦੇ ਦਿੰਦੇ ਅਗੋਂ ਇੱਥੇ ਕੁ ਚਾਂਸ ਦੀ ਗੱਲ ਹੈ ਹੋਲੀ ਗੁਰਪੁਰਪਤੋਂ ਬਾਅਦ ਹੈ ਤੇ ਅਗੋਂ ਇਹ ਜਿਹੜੇ ਦਿਨ ਹੁੰਦੇ ਨੇ ਕੰਮ ਕਾਜ ਵੀ ਕੱਟ ਜਾਂਦੇ ਨੇ ਵੈਸੇ ਵੀ ਮੈਂ ਤੇ ਸੰਗਤ ਵਾਲੋ ਵੇਖਣਾ ਕਰਦੇ ਸੰਗਤ ਨੇ ਪਰਵਾਹ ਨਹੀਂ ਕੀਤੀ ਭਾਵੇਂ ਸੀਜ਼ਨ ਹੋਵੇ ਤਾਂ ਵੀ ਸੰਗਤ ਪਿਆਰ ਕਰਦੀ ਹੈ ਮਾਲਕਾ ਨਾਲ ਜੋਗੀਆਂ ਨਾਲ ਮਾਲਕਾਂ ਨੇ ਸਾਨੂੰ ਹੁਣੀ ਜ਼ਿਕਰ ਕਰ ਰਹੇ ਸੰਦਾ ਸੇਵਾ ਕਰਨੇ ਆ ਅਸੀਂ ਪਾਰਕਿੰਗ ਦੀ ਫੋਨ ਕਰ ਰਹੇ ਸਨ ਮੇਰੜਠ ਵਾਲੇ ਅਨ ਕਰਨਿਆ ਤੇ ਵੇਖਣਿਆ ਕਹਿੰਦੇ ਹਰ ਸਾਲ ਵਧਿਆ ਹੁੰਦਾ ਕੰਮ ਔਰ ਨਵੀਆਂ ਤੋਂ ਨਵੀਆਂ ਵੱਡੀਆਂ ਤੋਂ ਵੱਡੀਆਂ ਹੁੰਦੀਆਂ ਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਨਵੀਆਂ ਤੋਂ ਨਵੀਆਂ ਹੋਰ ਵੱਡੀਆਂ ਤੋਂ ਵੀ ਵੱਡੀਆਂ ਹਵਨ ਸੰਗਤਾਂ ਰਾਜੀ ਰਵਨ ਇਹੀ ਹੈ ਗੁਰੂ ਘਰ ਆਨੇ ਆਤੇ ਕਿਉਂਕਿ ਜੀਵਨ ਇਤੇ ਸਭ ਕੁਝ ਕਹਿੰਦਾ ਨਾ ਜਿਸ ਸੰਸਾਰ ਇਚ ਰਹਨੇ ਆ ਸੰਸਾਰ ਦੀਆਂ ਚੀਜ਼ਾਂ ਵੀ ਲੋੜ ਨੇ ਹਲਤ ਤੇ ਪਲਤ ਦੋਨੋਂ ਇਸ ਮਾਲਕ ਨੇ ਸਵਾਰਨੇ ਤੇ ਹਲਤ ਦੇ ਸੁੱਖ ਵੀ ਚਾਹੀਦੇ ਨੇ ਤੇ ਪਲਤ ਦੇ ਸੁੱਖ ਵੀ ਚਾਹੀਦੇ ਨੇ ਤੇ ਇਸ ਕਰਕੇ ਇਸ ਗੱਲ ਨੂੰ ਸਮਝ ਲਈਏ ਹਲਤ ਤੇ ਪਲਤ ਇਸ ਕਰਕੇ ਕਿ ਹੈ ਕਿ ਜੀਵਨ ਦੇ ਸੁੱਖ ਵੀ ਇਤਰੋਂ ਮਿਲਨੇ ਦੇ ਅੰਤ ਵੇਲੇ ਵੀ ਫਿਰ ਇਹਨਾਂ ਨਹੀਂ ਸੁਖ ਦੇਣਾ ਜਿੱਥੇ ਸਭ ਬਸ ਹੋ ਜਾਣਗੇ ਕੰਨਨਾਂ ਮੇਰਾ ਮਿੱਤਰ ਪੈਣ ਪਰਾ ਰਿਸ਼ਤੇਦਾਰ ਸਭ ਜਿੱਥੇ ਖਤਮ ਹੋ ਜਾਂਦੇ ਨੇ ਰਿਸ਼ਤੇ ਫਿਰ ਉਸ ਤੋਂ ਬਾਅਦ ਫਿਰ ਇਹਨਾਂ ਦਾ ਇੱਕੋ ਹੀ ਗੱਲ ਕਹਿੰਦੀ ਹੈ ਸਾਰੀ ਦੁਨੀਆ ਆਰਾਮ ਨਾਮ ਸਤ ਹੈ ਤੇ ਅਸੀਂ ਪਹਿਲੇ ਮੰਨ ਲਈਏ ਤੇ ਜ਼ਿਆਦਾ ਚੰਗਾ ਹੈ ਅਸੀਂ ਪਹਿਲੇ ਹੀ ਕਹੀ ਹੈ ਨਾ ਸਤ ਹੈ ਸੱਚ ਹੈ ਇਹਦੇ ਵਿੱਚ ਕੋਈ ਝੂਠ ਥੋੜੀ ਹੈ ਸਾਂਤ ਸਮਝਾਵਣੀ ਇਹ ਦਿੱਤੀ ਗਈ ਹੈ ਤੇ ਸੱਚੇ ਪਾਤਸ਼ਾ ਜਦੋਂ ਵੀ ਇਹ ਗੱਲ ਕਹਿੰਦੇ ਸਨ ਉਹਨਾਂ ਨੇ ਸਾਨੂੰ ਕਦੇ ਨਹੀਂ ਇਹ ਗੱਲ ਕਿਹਾ ਕਹਿੰਦੇ ਮੋਤ ਤੋਂ ਕਿਸ ਗੱਲ ਤੋਂ ਡਰਨਾ ਮੋਤ ਤੋਂ ਸੱਚੇ ਪਾਤਸ਼ਾ ਕਹਿੰਦੇ ਸਨ ਕਦੇ ਨਾ ਡਰੋ ਭਾਵੇਂ ਬੱਚਾ ਹੋਵੇ ਤੇ ਭਾਵੇਂ ਬਜ਼ੁਰਗ ਹੋਵੇ ਕੋ ਅਸੀਂ ਮਾਲਕ ਵਾਲੇ ਆ ਡਰੇ ਉਹ ਜਿਹਦੇ ਗਲੇ ਚ ਪੱਟਾ ਨਹੀਂ ਪਿਆ ਦਰੇ ਉਹ ਜਿਹਦੇ ਗਲੇ ਚ ਪੱਟਾ ਨਹੀਂ ਜਿਹਦੇ ਗਲੇ ਚ ਪੱਟਾ ਹੈਗਾ ਉਹ ਮਾਲਕ ਵਾਲਾ ਹੈ ਉਹਦਾ ਫਿਰ ਕੁਝ ਕੋਈ ਨਹੀਂ ਵਿਗਾੜ ਸਕਦਾ ਉਹਦੀ ਸਮਾਲ ਵੀ ਹੋ ਜਾਏਗੀ ਤੇ ਅੱਗੇ ਇੱਥੇ ਵੀ ਸੰਭਾਲਿਆ ਜਾਏਗਾ ਤੇ ਅੱਗੇ ਵੀ ਸੰਭਾਲਿਆ ਜਾਏਗਾ ਹੱਲਾ ਤੇ ਪਲਤ ਦਾ ਮਤਲਬ ਸਮਝ ਗਏ ਹੋ ਨਾ ਤੇ ਇਸੇ ਕਰਕੇ ਗੁਰੂ ਮਹਾਰਾਜ ਕਿਰਪਾ ਕਰੇ ਉਹ ਜਿਹੜੇ ਦਿਨ ਆ ਰਹੇ ਨੇ ਆਪਣੀ ਪੂੰਜੀ ਵਧਾਣ ਦੇ ਸੰਸਾਰਿਕ ਵੀ ਤੇ ਅਧਿਆਤਮਿਕ ਵੀ ਦੋਨੋਂ ਪਾਸੇ ਆਪਣੀ ਅਸੀਂ ਪੂੰਜੀ ਵਧਾਣੀ ਹੈ ਤੇ ਇਹ ਸੁਖ ਲੋੜਨੇ ਤੇ ਇਹ ਬਰਕਤਾਂ ਲੋੜਨੇ ਸੱਚੀ ਸੱਚਾ ਸੌਦਾ ਵੀ ਕਰਕੇ ਜਾਈਏ ਸੱਚਾ ਸੋਦੇ ਨੂੰ ਸਮਝ ਲਈਏ ਨਾ ਗੁਰੂ ਨਾਨਕ ਨੇ ਸੱਚਾ ਸੌਦਾ ਕੀਤਾ ਲੇਕਿਨ ਜਿਸ ਪਾਸੇ ਸੰਗਤ ਨੇ ਕਰ ਦਿੱਤਾ ਠੀਕ ਹੈ ਲੇਕਿਨ ਮੈਂ ਸਮਝਦਾ ਕਿ ਉਹਨਾਂ ਦੀ ਜੋ ਨਿਗਾਹ ਸੀ ਅਸੀਂ ਖੈਰ ਉਹਨਾ ਤੇ ਨਾ ਪੋਛ ਸਕਨੇ ਉਹਨਾਂ ਸੱਚਾ ਸੌਦਾ ਹੈ ਹੀ ਸੀ ਇਹ ਸੱਚਾ ਸੌਦਾ ਹੈ ਅਸੀਂ ਤੇ ਮਾਲਕ ਨਾਲ ਸੌਦਾ ਇਸੀ ਚੀਜ਼ ਦਾ ਕਰ ਸਕਨੇ ਆ ਦੇ ਥੋੜੀ ਸਕਨੇ ਆ ਦੇ ਸਕਨੇ ਆ ਹਮੇਸ਼ਾ ਮੰਗਣੇ ਆਨੇ ਆ ਅਗਰ ਗੋਲਾ ਕਿਤੇ ਕੋ ਪਾਦੇ ਆ ਤਾਂ ਲੱਖ ਮੰਗ ਲੈਣੇ ਆ ਸਾਡੀ ਤੇ ਫਿਰ ਟਿਕਟ ਵੀ ਦਾ ਸਾਨੂੰ 1 ਕੇ ਲੱਖ ਚਾਹੀਦਾ ਨਾ 10 ਲੱਖ ਚਾਹੀਦਾ 50 ਲੱਖ ਚਾਹੀਦਾ ਸਾਡੀ ਤੇ ਫਿਰ ਕੋਈ ਲਿਮਟ ਵੀ ਨਹੀਂ ਇਹ ਤੇ ਸਿਰਫ ਇਹ ਭਾਵਨਾ ਹੋਣੀ ਚਾਹੀਦੀ ਹੈ ਕਿ ਤੇਰੀਆਂ ਦਿੱਤੀਆਂ ਦਾਤਾਂ ਚੋਂ ਜਿੰਨਾ ਮਨ ਉਤੋ ਦਿਲ ਦਿੱਤਾ ਮੈਂ ਤੇ ਕਰ ਰੱਖ ਜਾਣਾ ਬਸ ਥੋੜੇ ਜਾਂ ਜ਼ਿਆਦਾ ਮਤਲਬ ਨਹੀਂ ਹੈ ਕਿ ਇਹ ਦਿੱਤੀਆਂ ਆਪਜੀ ਦੀਆਂ ਦਾਤਾਂ ਨੇ ਮੇਰੇ ਕੋਲ ਕੀ ਹੈਗਾ ਮੈਂ ਤੇ ਮੰਗ ਕੇ ਆਪਜੀ ਕੋਲੋਂ ਲੈ ਕੇ ਗਿਆ ਮੇਰੀ ਸਮਰੱਥਾ ਨਹੀਂ ਹੈ ਕਿ ਇਹ ਤੇ ਇਸ ਕਰਕੇ ਹੋ ਜਾਂਦਾ ਕਿ ਇਹ ਕਿਸੇ ਬਾਣੇ ਨਿਕਲ ਗਈ ਤੇ ਚੰਗੇ ਪਾਸੇ ਲੱਗ ਗਈ ਚੰਗੇ ਪਾਸੇ ਲੱਗੀ ਥੋੜੀ ਆ ਕੀ ਕਹਿੰਦੇ ਗੁਰੂ ਘਰ ਜੀ ਦੇ ਸਾਥ ਹੋ ਗਿਆ ਨਾ ਗੁਰੂ ਮਹਾਰਾਜ ਕਿਰਪਾ ਕਰੇ ਇਤਨੀ ਐਗ ਹਾਜ਼ਰੀਆਂ ਪ੍ਰਮਾਨ ਕਰਨੀਆਂ ਤੇ ਸਮੂਹ ਸੰਗਤਾਂ ਨੇ ਬਾਗਿਆਂ ਨੂੰ ਵੀ ਹੋਰ ਵੱਡੇ ਪ੍ਰੋਗਰਾਮ ਵਿੱਚ ਤਿੰਨ ਦਿਨ ਪ੍ਰੋਗਰਾਮ ਚੱਲੇਗਾ ਉਹਨਾਂ ਵੀ ਕੀ ਸੰਗਤਾਂ ਨੇ ਵਚੜ ਕੇ ਹਾਜ਼ਰੀਆਂ ਭਰਨੀਆਂ ਨੇ ਇਤਨਾ ਕਹਿੰਦੇ ਇੱਥੇ ਸੰਕੋਚ ਤਨ ਤਨ ਸਤਗੁਰੂ ਭਗਵਾਨ ਦਾ ਸਾਹਿਬ ਆਰ ਜੀ ਦੀ ਸਦਾ ਜੈ ਤਨ ਤਨ ਸਤਗੁਰੂ ਸੇਵਾ ਰਾਮ ਸਾਹਿਬ ਆਪੀ ਨੰਤਨ ਸਾਹਿਬ ਸੰਤ ਮਾਤਾ ਜੀ ਆਪ ਜੀ ਨੂੰ ਕੋਟ ਕੋਟ ਨਮਸਕਾਰ ਵੱਖ-ਵੱਖ ਡੇਰੇਾਂ ਤੋਂ ਜਿਹੜੇ ਪ੍ਰਬੰਧਕ ਆਏ ਹਨ ਉਹ ਜਾਣ ਤੋਂ ਪਹਿਲਾਂ ਸਾਹਿਬ ਮਹਾਰਾਜੀ ਕੋਲੋਂ ਇਸ਼ਤਿਹਾਰ ਲੈ ਕੇ ਜਾਣ ਦੀ ਖੇਚਲ ਕਰਨਗੇ